ਇੱਕ ਥੋੜਾ ਮੈਨੂੰ ਲੱਗਦਾ ਕੰਮ ਵੀ ਪੂਰਾ ਪੂਰਾ ਹੀ ਹੋ ਰਿਹਾ ਪੰਜਾਬ 'ਚ, ਕੰਮ ਬਹੁਤ ਜ਼ਿਆਦਾ ਨਹੀਂ ਹੈਗਾ ਐਕਟਰਸ ਕਿਤੇ ਨਾ ਕਿਤੇ ਜੋ ਕੰਪੈਰੀਟਿਵਲੀ ਮੈਂ ਜ਼ਰਾ ਜਿਵੇਂ 2013 ਚਲੀ ਜਾਵਾਂ ਤਾਂ ਮੇਰੇ ਕੋਲ ਸਾਲ ਦੇ ਵਿੱਚ ਵੱਡੀਆਂ ਜਿਵੇਂ ਹਰ ਫਿਲਮ ਤਾਂ ਆਪਾਂ ਨਹੀਂ ਕਰ ਸਕਦੇ, ਸਾਨੂੰ ਟ੍ਰੇਲਰ ਦੇ ਕੇ ਪਤਾ ਲੱਗ ਜਾਂਦਾ, ਸਕ੍ਰਿਪਟ ਸੁਣ ਕੇ ਪਤਾ ਲੱਗਦਾ ਕਿੱਥੇ ਸਟੈਂਡ ਹੈ, ਤੇ ਐਜ਼ ਅ ਜਰਨਲਿਸਟ ਵੀ ਆਪਾਂ ਲੋਕਾਂ 'ਚ ਚੀਜ਼ ਅਵੇਅਰ ਨਹੀਂ ਕਰਦੇ ਕਿ ਤੁਸੀਂ ਆਪਣੇ ਪੈਸੇ ਖਰਚੋ। ਉੱਥੇ ਉਹ ਟਾਈਮ ਸੀਗਾ ਕਿ ਸਾਲ 'ਚ ਇੱਕ ਇੱਕ ਫਿਲਮ ਆਉਂਦੀ ਸੀ, ਹੁਣ ਉਹ ਚੇਂਜ ਬਹੁਤ ਛੇਤੀ ਆ ਗਿਆ, ਹਰ ਡਿਪਾਰਟਮੈਂਟ 'ਚ ਆਇਆ ਸਿਵਾਏ ਮੈਂ ਜਿਹੜਾ ਬਾਰ ਬਾਰ ਰਿਪੀਟੇਸ਼ਨ ਫੇਸਿਸ ਦੇਖ ਰਿਹਾ ਉਹਦੇ 'ਚ ਹਲੇ ਬਹੁਤ ਉਹ ਚੇਂਜ ਕਰ ਗਿਆ। ਆਡੀਸ਼ਨ ਜ਼ਰੂਰ ਦਿਓ, ਜੈਨੂਅਨ ਪੰਜ ਚਾਰ ਜਿੰਨੇ ਵੀ ਪ੍ਰੋਡਕਸ਼ਨ ਹਾਊਸਿਸ ਨੇ ਉਹਨਾਂ ਦੇ ਆਡੀਸ਼ਨ ਹੁੰਦੇ ਨੇ ਤਾਂ ਡੈਫੀਨੇਟਲੀ ਦੇਣੇ ਚਾਹੀਦੇ ਨੇ, ਚਾਹੇ ਤੁਸੀਂ ਅੱਛਾ ਕੰਮ ਕਰ ਲਿਆ ਜਾਂ ਕਰ ਰਹੇ ਹੋ। ਜਿਵੇਂ ਮੈਮ ਨੇ ਵੀ ਕਿਹਾ ਸੀਗਾ ਵੀ ਬੰਬੇ ਵੱਡੇ ਵੱਡੇ ਐਕਟਰਸ ਦੇਣ ਆਉਂਦੇ ਨੇ ਆਡੀਸ਼ਨ, ਇਹ ਸਹੀ ਗੱਲ ਹੈ। ਮਤਲਬ ਏ ਗ੍ਰੇਡ ਹੀ ਆਪਾਂ ਕਹਿ ਦਈਏ ਜਿਨ੍ਹਾਂ ਨੂੰ ਆਪਾਂ, ਹਾਂ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ, ਉਹ ਲੁੱਕ ਟੈਸਟ ਦੇਣ ਆਉਂਦੇ ਨੇਗੇ। ਫੋਰ ਐਗਜ਼ਾਮਪਲ ਜੇ ਇੱਕ ਫਿਲਮ ਬਣ ਰਹੀ ਹੈ ਤਾਂ ਉਦਾਂ ਦਾ ਗੈਟਅਪ ਥੋੜਾ ਕਰਕੇ ਬਕਾਇਦਾ ਸਾਰਾ ਵੱਡੇ ਵੱਡੇ ਡਾਇਰੈਕਟਰਸ, ਮੈਂ ਉੱਥੇ ਚੀਜ਼ ਇੰਨੀ ਸ਼ੌਕ ਹੋ ਗਈ ਸੀਗੀ ਕਿ ਆਪਾਂ ਇੱਕ ਬਹੁਤ ਨੋਰਮਲ ਜਿਹੜਾ ਸੈਕੰਡਰੀ ਤੁਸੀਂ ਕਹਿ ਰਹੇ ਹੋ ਕਿ ਆਪਾਂ ਉਹਦੇ ਲਈ ਨਾ ਕਿਸੇ ਏਸੀਪੀ ਕੈਰੈਕਟਰ ਲਈ ਸ਼ੋਅ ਚੱਲਦਾ ਸੀਗਾ, ਉਹਨਾਂ ਨੇ ਕਿਹਾ ਕਿ ਇਹ ਸਟੂਡੀਓ ਖਾਲੀ ਕਰਕੇ ਸੀ ਜਿਹੜੇ ਪੈਲੇਸ ਬਣੇ ਹੁੰਦੇ ਖਾਲੀ ਕਰਕੇ ਆਪਾਂ ਦੂਜਾ ਕਰਨਾ। ਵੈਨ ਆਈ ਗੈਟ ਟੂ ਨੋ ਲਿਟਰਲੀ ਦੇ ਕੰਮ ਇਹਨਾਂ ਬੇਕਾਰ, ਉਹਨਾਂ ਦਾ ਗੈਟਅਪ ਆਇਆ, ਉਹ ਕੁੜੀ ਆਈ, ਉਹਨੇ ਸਾੜੀ ਪਾਈ, ਉਹਨੇ ਉਹ ਮੇਕਅਪ ਕੀਤਾ, ਉਹਨੇ ਆਪਣਾ ਆਡੀਸ਼ਨ ਦਿੱਤਾ, ਔਰ ਉਹ ਆਡੀਸ਼ਨ ਕਾਸਟਿੰਗ ਵਾਲੇ ਨੂੰ ਚਾਹੇ ਲੋਅਰ ਬੰਦਾ ਸੀ ਉਹਨੂੰ ਉਨੀ ਕੁ ਇੱਜ਼ਤ ਦੇ ਕੇ ਗਈ ਕਿ ਸਰ ਆਪਣੇ ਮੇਰਾ ਆਡੀਸ਼ਨ ਲਈ ਹੈ, ਥੈਂਕ ਯੂ, ਔਰ ਆਪ ਮੁਝੇ ਰਿਵਰਟ ਕਰ। ਇਹ ਕਲਚਰ ਇੱਥੇ ਬਹੁਤ, ਉਹੀ ਮੈਂ ਗੱਲ ਕੀਤੀ ਕਿ ਡਿਸਾਈਡ ਕੈਰੇਕਟਰ ਐਸਾ ਲੁਕ ਹੈ ਆਪ ਨਹੀਂ ਆ ਸਕਤੇ ਸੀ। ਇੱਕ ਔਰ ਚੀਜ਼ ਹੈ ਪੰਜਾਬ ਮੈਂ ਕਿ ਜਿਸੇ ਅਭੀ ਮੈਂ ਕਿਸੀ ਕੋ ਕਪੂਰਥਲਾ ਸੇ ਨਹੀਂ ਬੁਲਾ ਸਕਤੀ ਆਡੀਸ਼ਨ ਕੇ ਲਈ, ਮੈਂ ਕਿਸੀ ਕੋ ਅੰਮ੍ਰਿਤਸਰ 5 ਘੰਟੇ ਇੱਕ ਆਡੀਸ਼ਨ ਕੇ ਲਈ ਨਹੀਂ ਬੁਲਾ ਸਕਤੀ, ਤੋ ਮੇਰੇ ਤੋ ਮੈਂ ਯੇ ਕਰਦੀ ਹੂੰ ਕਿ ਮੈਂ ਸਕ੍ਰਿਪਟ ਭੇਜ ਦੇਤੀ ਹੂੰ, ਔਰ ਉਸਕੇ ਬਾਅਦ ਮੈਂ ਫਰਸਟ ਆਪਸ਼ਨ ਵਹੀ ਹੋਤਾ ਹੈ ਕਿ ਮੈਂ ਉਨਕੋ ਫੋਨ ਪੇ ਆਡੀਸ਼ਨ ਮੰਗਾਤੀ ਹੂੰ। ਠੀਕ ਹੈ, ਫੋਨ ਪੇ ਆਡੀਸ਼ਨ ਮੈਂ ਦਿਖਾਤੀ ਹੂੰ, ਅਗਰ ਡਾਇਰੈਕਟਰ ਕੋ ਲਗਤਾ ਹੈ ਕਿ ਹਾਂ ਯੇ ਬੈਟਰ ਹੈ ਕੁਛ ਔਰ ਕਰ ਸਕਤੇ ਹੈ, ਤੋ ਅਗਰ ਵੋ ਅਗਰੀ ਕਰਦੇ ਹੈ ਕਿ ਹਾਂ ਯੇ ਕਹੀਂ ਆਸ ਪਾਸ ਹੈ, ਦੈਨ ਵੀ ਕਾਲ ਦੈਟ ਪਰਸਨ ਕਿ ਭਈ ਆਪ ਆਓ ਹਮ ਆਪਕਾ ਲੁੱਕ ਟੈਸਟ ਕਰਤੇ ਹੈਂ। ਬਟ ਜੋ ਬੜੇ ਆਰਟਿਸਟ ਹੈ ਜੈਸੇ ਯੇ ਬੋਲ ਰਹੇ, ਬਹੁਤ ਸਾਰੇ ਏ ਗ੍ਰੇਡ ਐਕਟਰਸ ਐਸੇ ਹੈ ਪੰਜਾਬ ਮੇਂ ਜਿਨਕੋ ਮੈਨੇ ਸਕ੍ਰਿਪਟ ਭੇਜੀ ਹੈ, ਜਿਨ੍ਹੋਂਨੇ ਲੁੱਕ ਟੈਸਟ ਮੁਝੇ ਭੇਜਾ ਹੈ, ਕਮ ਹੈ ਸੰਖਿਆ ਉਨਕੀ ਬਹੁਤ ਜ਼ਿਆਦਾ। ਪੈਸਾ ਲਗਾ ਕੇ ਸਿਨੇਮਾ ਨੂੰ ਗਰੋ ਕਰਨ ਦੇ ਲਈ ਕੁਛ ਨਾ ਕੁਛ ਉਹ ਦੇਖ ਨਹੀਂ ਰਹੇ ਕਿ ਫਲੋਪ ਹੈ ਕਿ ਹਿੱਟ ਹੈ, ਪਰ ਉਹ ਬਹੁਤ ਮਿਹਨਤ ਦੇ ਨਾਲ ਫਿਲਮ ਨੂੰ ਐਂਡ ਤੱਕ ਲੈ ਕੇ ਜਾਂਦੇ ਆ, ਪ੍ਰਮੋਸ਼ਨਸ ਕਰਦੇ ਨੇ, ਔਰ ਬਹੁਤ ਜ਼ਿਆਦਾ ਮਿਹਨਤ ਕਰਦੇ। ਪਰ ਕੁਛ ਜਿਹੜੇ ਅਸੀਂ ਸਿੰਗਰਸ ਵਾਲੀ ਗੱਲ ਕੀਤੀ ਆ ਇੱਥੇ, ਮਤਲਬ ਔਰ ਇੱਥੇ ਜਿਹੜੇ ਸਿੰਗਰ ਦੀ ਆਪਾਂ ਗੱਲ ਕਰਦੇ ਹਾਂ, ਦੇ ਆਰ ਲਾਈਕ ਦੇ ਵਰ ਵੈਰੀ ਕੀਨ, ਬਿਨਾਂ ਐਕਟਿੰਗ ਤੋਂ ਦੇ ਜਸਟ ਜੰਪ ਇਨਟੂ ਦਾ ਕੈਮਰਾ ਕਿ ਆਪਾਂ ਜਾ ਕੇ ਕਰ ਲਈਏ, ਉਹ ਬਹੁਤ ਪ੍ਰੋਬਲਮ ਹੈ। ਜਿਵੇਂ ਐਮੀ ਦਾ ਐਗਜ਼ਾਮਪਲ ਮੇਰੇ ਸਾਹਮਣੇ ਕਿ ਐਮੀ ਇੱਕ ਨੌਨ ਐਕਟਰ ਸੀਗੇ, ਉਹ ਨੌਨ ਐਕਟਰ ਚਲੋ ਸਾਰੇ ਨੌਨ ਐਕਟਰ ਸੀਗੇ, ਗਿੱਪੀ ਹੋ ਗਏ, ਬਟ ਉਹਨਾਂ ਨੇ ਇੰਨੀ ਕੁ ਜ਼ਿਆਦਾ ਮਿਹਨਤ ਕੀਤੀ, ਐਕਸਪੈਰੀਮੈਂਟ ਕਰਦੇ ਰਹੇ। ਆਈ ਥਿੰਕ ਇਹ ਦੋ ਹੀ ਚਾਰ ਨਾਮ ਨੇ ਜਿਹੜੇ ਹੁਣ ਤੱਕ ਐਜ਼ ਐਨ ਐਕਟਰ, ਜੇ ਮੈਂ
ਕਿਤੇ ਬਾਹਰ ਜਾਣੀ ਕੁਝ ਰਿਪ੍ਰੈਜ਼ੈਂਟ ਕਰਨ ਲਈ ਤੇ ਮੇਰੇ ਕੋਲ ਸਿਰਫ ਗਿਣਤੀ ਦੇ ਟਿਪਸ ਤੇ ਚਾਰ ਨਾਮ ਰਹਿ ਗਏ ਪਰ ਬਾਕੀ ਸਭ ਨੂੰ ਮੈਂ ਕਦੀ ਐਕਟਰ ਕੰਸੀਡਰ ਨਹੀਂ ਕਰਦਾ ਮੇਰੀ ਜਿਹੜੀ ਨਵੇਂ ਐਕਟਰਸ ਨਾਲ ਵੀ ਗੱਲ ਹੁੰਦੀ ਰਹਿੰਦੀ ਆ ਉਹ ਕੁਛ ਨਾ ਆਪਣੀਆਂ ਲਿਮਿਟੇਸ਼ਨਸ ਬਣਾ ਲੈਂਦੇ ਨੇ ਮੈਂ ਸੈਕਿੰਡ ਲੀਡ ਨਹੀਂ ਕਰੂੰਗਾ ਮੈਂ ਆ ਨਹੀਂ ਕਰਨਾ ਵਾ ਨਹੀਂ ਮੇਰੇ ਅਕੋਰਡਿੰਗ ਮੈਨੂੰ ਜਿੰਨਾ ਕੁ ਸਮਝ ਆਈ ਇੰਡਸਟਰੀ ਮੈਂ ਜਿੰਨੇ ਕੁ ਲੋਕਾਂ ਦਾ ਵੀ ਵੇ ਦੇਖੇ ਨੇਗੇ ਤੁਸੀਂ ਇੱਕ ਵਾਰੀ ਕਰੋ ਐਟਲੀਸਟ ਤੁਸੀਂ ਦੇਖਣਾ ਸ਼ੁਰੂ ਹੋ ਸੈਕਿੰਡ ਲੀਡ ਥਰਡ ਲੀਡ ਫੋਰਥ ਲੀਡ ਜੇ ਤੁਹਾਡੇ 'ਚ ਦਮ ਹੋਇਆ ਤਾਂ ਤੁਸੀਂ ਡੈਫੀਨੇਟਲੀ ਮੇਨ 'ਤੇ ਵੀ ਆ ਜਾਓਗੇ ਬਟ ਜੇ ਤੁਸੀਂ ਕੰਮ ਕਰੋਗੇ ਨਹੀਂ ਤੁਸੀਂ ਇੱਕ ਸੈੱਟ 'ਤੇ ਪਹੁੰਚੋਗੇ ਨਹੀਂ ਕਿਉਂਕਿ ਇੱਕ ਫਿਲਮ ਦੇ ਸੈੱਟ 'ਤੇ 100-200 ਲੋਕ ਹੋ ਰਹੇ ਹੁੰਦੇ ਨੇਗੇ ਉੱਥੇ ਕਿੰਨੇ ਅਸਿਸਟੈਂਟ ਕਾਸਟਿੰਗ ਜੇ ਵੋ ਸਾਰੇ ਤਰ੍ਹਾਂ ਦੇ ਲੋਕ ਘੁੰਮ ਰਹੇ ਨੇ ਤੁਸੀਂ ਅੱਜ ਛੋਟਾ ਰੋਲ ਕੀਤਾ ਡਾਇਰੈਕਟਰ ਨੂੰ ਲੱਗੂਗਾ ਨਹੀਂ ਯਾਰ ਆਹ ਬੰਦੇ 'ਚ ਪੋਟੈਂਸ਼ੀਅਲ ਬਹੁਤ ਹੈ ਮੈਨੂੰ ਨੈਕਸਟ ਵਧੀਆ ਉਹਦੇ 'ਚ ਲੈਣਾ ਪਰ ਜੇ ਤੁਸੀਂ ਉਹ ਰੋਲ ਡਿਨਾਏ ਕਰਤਾ ਕੱਲ ਨੂੰ ਉਹ ਕੋਈ ਹੋਰ ਕਰ ਰਿਹਾ ਤੁਸੀਂ ਆਪਣਾ ਚਾਂਸ ਹੀ ਖਤਮ ਕਰ ਲਿਆ ਇੰਡਸਟਰੀ 'ਚ ਐਟਲੀਸਟ ਤੁਸੀਂ ਟੱਚ 'ਚ ਰਹੋ 10 ਰੁਪਏ ਚਾਹੇ ਆ ਰਹੇ ਨੇ ਜੋ ਵੀ ਆ ਰਿਹਾ ਤੁਹਾਨੂੰ ਕੁਛ ਮਿਲ ਵੀ ਰਿਹਾ ਤੁਸੀਂ ਕੁਛ ਕੰਮ ਵੀ ਕਰ ਰਹੇ ਹੋ ਤੁਹਾਨੂੰ ਵੀ ਜਿਵੇਂ ਅੱਜ ਕੱਲ੍ਹ ਉਹ ਬੰਦਾ ਐਕਟਿਵ ਰਹਿੰਦਾ ਹੈ ਪੇਜ 'ਤੇ ਚੜ੍ਹਾਉਣ ਲਈ ਕੁਛ ਮੈਟਰ ਮਿਲੂਗਾ ਅਤੇ ਤੁਸੀਂ ਜ਼ਰੂਰ ਜਿੱਥੇ ਵੀ ਆਡੀਸ਼ਨ ਹਰ ਬੰਦੇ ਨੂੰ ਦੇਣੇ ਚਾਹੀਦੇ ਨੇ ਰੋਲਸ ਛੋਟੇ ਵੱਡੇ ਨਾ ਵੇਖੋ ਕਿਉਂਕਿ ਰੋਲਸ ਕਈ ਵਾਰ ਵੱਡੇ ਰੋਲ ਦਾ ਕੋਈ ਉਹ ਨਹੀਂ ਹੁੰਦਾ ਕਈ ਵਾਰ ਨਾ ਟਰਨਿੰਗ ਹਾਂ ਨਵਾਜ਼ੁਦੀਨ ਸਿੱਦੀਕੀ ਇਜ਼ ਦ ਬੈਸਟ ਐਗਜ਼ਾਮਪਲ ਫॉर ਦਿਸ ਕਿ ਉਹ ਇੱਕ ਅੱਧੀ ਚੀਜ਼ ਨੂੰ ਹੀ ਕਰਦੇ ਕਰਦੇ ਉਹਨਾਂ ਨੂੰ ਇੰਨਾ ਹਾਂ ਲਾਈਕ ਰਾਈਟ ਨਾਓ ਇਜ਼ ਦ ਫੇਵਰਿਟ ਐਕਟਰ ਹਾਂ ਉਹਦਾ ਪੋਟੈਂਸ਼ੀਅਲ ਬਾਹਰ ਹੈ ਦੇਖਣ ਵਾਲਾ ਕੋਈ ਵੀ ਮੈਂ ਉਹਨਾਂ ਦੀ ਐਗਜ਼ਾਮਪਲ ਦਿੰਦਾ ਨਾ ਅਦਰਵਾਈਜ਼ ਉਹ ਕੋਈ ਮਤਲਬ ਜੇ ਆਪਾਂ ਉਹਦਾ ਚਿਹਰਾ ਮੈਨੂੰ ਵੀ ਥੱਲੇ ਆ ਕੇ ਕਹਿੰਦੇ ਮਿਲਦੇ ਭਾਜੀ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਮੈਂ ਹੀ ਕਹਿ ਦਿੰਦਾ ਭਾਜੀ ਚੰਗੇ ਬਟ ਉਹੀ ਆ ਵੀ ਤੁਹਾਡੀ ਫਸਟ ਆਫ ਆਲ ਜਿਵੇਂ ਤੁਸੀਂ ਇੱਕ ਨਾ ਬਾਰ ਬਾਰ ਗੱਲ ਕਰ ਰਹੇ ਸੀ ਵੀ ਸ਼ਿਫਟ ਹੁੰਦੇ ਨੇ ਲੋਕ ਉਰੇ ਨੋ ਡਾਊਟ ਮਿੰਨੀ ਬੰਬੇ ਆ ਚੰਡੀਗੜ੍ਹ ਮਿੰਨੀ ਬੰਬੇ ਆਈ ਐਮ ਹੈਪੀ ਵਿਦ ਦੈਟ ਹਾਂਜੀ ਕੰਮ ਜਿਹੜੇ ਲੋਕੀ ਬੰਬੇ ਨਹੀਂ ਜਾ ਸਕਦੇ ਜਿਵੇਂ ਮੈਂ ਇਹਨਾਂ ਦਿਲ ਨਹੀਂ ਲੱਗਾ ਹੋਇਆ ਕਿ ਆਈਆਂ ਤਾਂ ਮੈਂ ਬੜੀ ਖੁਸ਼ੀ ਹੈ ਕਿ ਸਾਡੀ ਸਾਡੀ ਇੰਡਸਟਰੀ ਨਾ ਗਰੋ ਕਰ ਰਹੀ ਹੈ ਜੇ ਆਪਾਂ ਇੱਥੇ ਕੰਮ ਕਰ ਸਕਦੇ ਹਾਂ ਬਾਹਰੋਂ ਲੋਕੀ ਇੱਥੇ ਕੰਮ ਕਰ ਰਹੇ ਹਨ ਤਾਂ ਸਾਡਾ ਵੀ ਕਲੀਅਰ ਸੀਗਾ ਇਹਦੇ ਵਿੱਚ ਹੁੰਦਾ ਹੈ ਯਾਰ ਉੱਥੇ ਆਫਿਸ ਬਣਾਉਣਾ ਤਾਂ ਥੀਏਟਰ ਆਰਮੀ ਫਿਲਮਸ ਦਾ ਬਟ ਇਹ ਕਲੀਅਰ ਆ ਵੀ ਇੱਥੇ ਇਹੀ ਸਾਡੀ ਕਰਮ ਭੂਮੀ ਹੈ ਅਸੀਂ ਇਹੋ ਜਿਹਾ ਹੀ ਖਾ ਸਕਦੇ ਹਾਂ ਇਹੋ ਜਿਹਾ ਹੀ ਪੀ ਸਕਦੇ ਹਾਂ ਇਨਫੈਕਟ ਕਦੇ ਆਊਟ ਆਫ ਇੰਡੀਆ ਵਾਲਾ ਵੀ ਨਹੀਂ ਦਿਮਾਗ 'ਚ ਸਮਝ ਆਉਂਦਾ ਇੱਥੇ ਬਹੁਤ ਖੁਸ਼ ਹਾਂ ਤੇ ਹਨਾ ਵੀ ਮੇਰਾ ਵੀ ਹੋਈ ਹੈ ਦੈਟਸ ਦ ਰੀਜ਼ਨ ਇਵਨ ਆਈ ਕਮ ਬੈਕ ਕਿ ਮੈਂ ਇੱਥੇ ਦਫ਼ਤਰ ਖੋਲਣਾ ਹੈ ਮੈਂ ਇੱਥੇ ਰਹਿਣਾ ਹੈ ਦੈਟਸ ਗੁੱਡ ਪੀਪਲ ਹੈਵ ਆਸਕਡ ਮੀ ਸੋ ਮਨੀ ਟਾਈਮਸ ਕਿ ਤੁਮ ਵਹਾਂ ਹੋ ਔਰ ਇਤਨਾ ਮੈਨੂੰ ਤਾਂ ਖੈਰ ਇੱਕ ਇਹ ਹੈ ਕਿਉਂਕਿ ਮੈਂ ਹਿੰਦੀ ਮੈਂ ਬਾਤ ਕਰਤੀ ਹੂੰ ਬਟ ਮੈਂ ਪੰਜਾਬੀ ਬਹੁਤ ਅੱਛੇ ਸੇ ਸਮਝਤੀ ਹੂੰ ਸਾਰੀ ਫਿਲਮੇ ਵੀ ਦੇਖਤੀ ਹੂੰ ਸਮਝਤੀ ਹੂੰ ਇਟਸ ਜਸਟ ਦੈਟ ਬਿਕਾਜ਼ ਮੈਂ ਮੈਨੂੰ ਲੱਗਦਾ ਕਿ ਕਹੀਂ ਮੈਂ ਡਿਸਰਿਸਪੈਕਟ ਨਾ ਕਰੂੰ ਕੁਝ ਵਰਡ ਗਲਤ ਨਾ ਬੋਲੂੰ ਉਸ ਵਜ੍ਹਾ ਸੇ ਮੈਂ ਨਹੀਂ ਬੋਲਤੀ ਹੂੰ ਲੋਕ ਮੁਝੇ ਇਸ ਗੱਲ ਨੂੰ ਵੀ ਰਣਨੀ ਤਾਂ ਲੋਕੀ ਦਾ ਇੰਨਾ ਆਨੇ ਜਾਨੇ ਖਾਣਾ ਹੀ ਨਹੀਂ ਖਤਮ ਹੁੰਦਾ ਲੋਕਾਂ ਦਾ ਨਹੀਂ ਤੂੰ ਮੈਨੂੰ ਬੋਲਦੇ ਕਿ ਤੂੰ ਵਹਾਂ ਕਿਉਂ ਕੰਮ ਕਰ ਰਹੀ ਹੋ ਆਧੇ ਸੇ ਜ਼ਿਆਦਾ ਲੋਕੋਂ ਕੋ ਪੰਜਾਬ ਮੈਂ ਲੱਗਦਾ ਕਿ ਮੈਂ ਬੰਬੇ ਸੇ ਹੂੰ ਕਿਉਂਕਿ ਮੈਂ ਹਿੰਦੀ ਮੈਂ ਬਾਤ ਕਰਤੀ ਹੂੰ ਯੇ ਬਹੁਤ ਬਾਰ ਹੋਇਆ ਮੇਰੇ ਸਾਥ ਮੈਂ ਮੈਨੂੰ ਲੋਕ ਬੋਲਦੇ ਅੱਛਾ ਆਪ ਬੰਬੇ ਸੇ ਆ ਬੰਬੇ ਸੇ ਤੋ ਬੋਲਤੀ ਨਹੀਂ ਮੈਂ ਯਹੀ ਸੇ ਹੂੰ ਯਹੀ ਕੰਮ ਕਰਨਾ ਹੈ ਤੋ ਲੋਕ ਕਹਤੇ ਹੈ ਕਿ ਜਿਤਨੀ ਤੂੰ ਮਿਹਨਤ ਔਰ ਪ੍ਰੋਫੈਸ਼ਨਲਿਜ਼ਮ ਯਹਾਂ ਦਿਖਾ ਰਹੀ ਹੋ ਤੂੰ ਬੰਬੇ ਆ ਜਾਓ ਤੁਮੇ ਬਹੁਤ ਕੰਮ ਮਿਲੇਗਾ ਬਟ ਮੈਂ ਕਹਤੀ ਹੂੰ ਫਿਰ ਚੰਡੀਗੜ੍ਹ ਕਾ ਫਿਰ ਪੰਜਾਬੀ ਇੰਡਸਟਰੀ ਕਾ ਕਿਆ ਇੱਕ ਇਹ ਚੀਜ਼ ਹੈ ਕਿ ਮੈਂ ਅਗਰ 12-14 ਫਿਲਮੇ ਕਰੀ ਤੋ ਕਮ ਸੇ ਕਮ 9-10 ਮੈਂ ਮੁਝੇ ਕ੍ਰੈਡਿਟ ਕਾਸਟਿੰਗ ਡਾਇਰੈਕਟਰ ਕਾ ਜਾਂ ਕਾਸਟਿੰਗ ਟੀਮ ਕਾ ਮੁਝੇ ਮਿਲਾ ਹੈ ਉਹ ਬੇਸ਼ੱਕ ਮੈਨੇ ਲੜ ਝਗੜ ਕੇ ਲਿਆ ਹੈ ਜਾਂ ਮੈਨੇ ਬੋਲਾ ਹੈ ਕਿ ਨਹੀਂ ਮੁਝੇ ਕੰਟਰੈਕਟ ਚਾਹੀਏ ਆਈ ਹੈਵ ਕਮ ਟੂ ਦੈਟ ਸਟੇਜ ਵੇਅਰ ਆਈ ਡੋਂਟ ਵਾਂਟ ਟੂ ਵਰਕ ਵਿਦਆਊਟ ਕੰਟਰੈਕਟ ਇਸੀ ਲਈ ਕੰਮ ਬਹੁਤ ਕਮ ਮਿਲਤਾ ਹੈ ਮੁਝੇ ਵੇਅਰ ਆਈ ਆਸਕ ਫੋਰ ਕ੍ਰੈਡਿਟ ਕਿ ਮੁਝੇ ਕ੍ਰੈਡਿਟ ਚਾਹੀਏ ਮੁਝੇ ਮੇਰੇ ਕੰਮ ਕੇ ਲਈ ਵੇਅਰ ਮੈਂ ਆਈ ਆਸਕ ਫੋਰ ਫੀਸ ਆਈ ਡੋ ਨਾਟ ਵਰਕ ਐਨੀ ਮੋਰ ਲਾਈਕ ਫਰੋਮ ਪਾਸਟ 3 ਈਅਰਸ ਆਈ ਥਿੰਕ ਮੈਂ ਕੋਈ ਕਮਿਸ਼ਨ ਪੇ ਕੰਮ ਨਹੀਂ ਕਰਦੀ ਹੂੰ ਮੇਰੇ ਸਭ ਬੰਦ ਕਰ ਦਿਆ ਬਹੁਤ ਸਟਰਗਲ ਹੋਆ ਕਿਉਂਕਿ ਨਹੀਂ ਦੇਣਾ ਚਾਹਦੇ ਤੇ ਫੀਸ ਆਪਕੋ ਲੇਕਿਨ ਠੀਕ ਹੈ ਮੈਂ ਵੋ ਲੋਕ ਵੀ ਹੈ ਔਰ ਵੋ ਲੋਕ ਵੀ ਹੈ ਜੋ ਰਿਸਪੈਕਟ ਕਰਤੇ ਰਿਕਗਨਾਈਜ਼ ਕਰਤੇ ਹੈ ਕਿ ਹਾਂ ਹੈ ਕੁਛ ਲਾਈਕ ਆਪ ਕੁਛ ਕਰ ਸਕਦੇ ਹੋ ਤਾਂ ਫੀਸ ਦੇਤੇ ਵੀ ਹੈ ਔਰ ਦੂਸਰਾ ਦੇਰ ਇਜ਼ ਵਨ ਮੋਰ ਪੁਆਇੰਟ ਆਈ ਵਿਲ ਹਾਂ ਮੈਂ ਬੋਲ ਰਹੀ ਥੀ ਅਭੀ ਜੋ ਜਿਸੇ ਜੋ ਗੱਬਰ ਬਾਤ ਕਰ ਰਿਹਾ ਥਾ ਵਹੀ ਵਾਲੀ ਕਿ ਹਰ ਇੱਕ ਕੈਰੇਕਟਰ ਕਰਨਾ ਚਾਹੀਏ ਆਪਕੋ ਸੈਕਿੰਡ ਲੀਡ ਥਰਡ ਲੀਡ ਫੋਰਥ ਲੀਡ ਦੇਰ ਇਜ਼ ਅ ਫਲਿਪ ਸਾਈਡ ਟੂ ਇਟ ਫਲਿਪ ਸਾਈਡ ਤੋਂ ਨਹੀਂ ਬੋਲੂੰਗੀ ਦੇਰ ਇਜ਼ ਅਨਦਰ ਸਾਈਡ ਟੂ ਇਟ ਇਨ ਕੇਸ ਆਪਕੇ ਪਾਸ ਮੈਂ ਕਾਸਟਿੰਗ ਡਾਇਰੈਕਟਰਸ ਹੈ ਤੋ ਔਰ ਡਾਇਰੈਕਟਰ ਕੇ ਸਾਥ ਮੈਂ ਆਪਕੀ ਟਿਊਨਿੰਗ ਬੈਟਰ ਹੈ ਅਭੀ ਮੇਰੇ ਸਾਥ ਮੈਂ ਬਹੁਤ ਵਾਰ ਐਸੇ ਹੋਤਾ ਹੈ ਕਿ ਇੱਕ ਕੈਰੇਕਟਰ ਹੈ ਇੱਕ ਐਕਟਰ ਆਤਾ ਉਸਕਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਜੋ ਮੁਝੇ ਦਿਖ ਜਾਤਾ ਹੈ ਮੇਰੇ ਕੋ ਦਿਖ ਗਿਆ ਬਟ ਮੁਝੇ ਪਤਾ ਹੈ ਕਿ ਇਸ ਕੈਰੇਕਟਰ ਮੈਂ ਇਸਕਾ ਪੋਟੈਂਸ਼ੀਅਲ ਵੇਸਟ ਹੋ ਜਾਏਗਾ ਅਗਰ ਮੈਂ ਇਸਕੋ ਯਹਾਂ ਕਾਸਟ ਕਰੂੰਗੀ ਬਟ ਇਨ ਫਿਊਚਰ ਸੋ ਦੈਨ ਦੈਟ ਐਕਟਰ ਇਜ਼ ਇਨ ਮਾਈ ਮਾਈਂਡ ਕਿ ਦਿਸ ਐਕਟਰ ਆਈ ਹੈਵ ਟੂ ਕਾਸਟ ਸਮਵੇਅਰ ਦੈਨ ਆਈ ਸ਼ੇਅਰ ਦੈਟ ਵਿਦ ਦ ਡਾਇਰੈਕਟਰ ਆਲਸੋ ਤੋ ਮੈਂ ਉਨਕੋ ਵੀ ਬਤਾਤੀ ਹੂੰ ਕਿ ਯੇ ਐਕਟਰ ਹੈ ਯੇ ਆਇਆ ਹੈ ਇਸਮੇ ਹਮ ਇਸੇ ਕਰੇ ਕਿ ਨਹੀਂ ਕਰੇ ਐਟਲੀਸਟ ਵੋ ਇੱਕ ਕਨਵਰਸੇਸ਼ਨ ਇੱਕ ਡਾਇਲੋਗ ਅਗਰ ਆਪਕੇ ਪਾਸ ਮੈਂ ਹੈ ਡਾਇਰੈਕਟਰ ਕੇ ਦਿਮਾਗ ਮੈਂ ਵੀ ਹੈ ਆਪ ਕੱਲ ਕੋ ਦੁਬਾਰਾ ਉਨਕੇ ਸਾਥ ਬੈਠਤੇ ਹੋ ਕਾਮ ਕਰਤੇ ਹੋ ਯੂ ਕੈਨ ਸਜੈਸਟ ਦੈਟ ਐਕਟਰ ਟੂ ਡਾਇਰੈਕਟਰ ਸੋ ਯਹਾਂ ਪੇ ਮੁਝੇ ਲੱਗਤਾ ਨਾ ਯੇ ਚੀਜ਼ ਹੈ ਜਹਾਂ ਪੇ ਕਾਸਟਿੰਗ ਡਾਇਰੈਕਟਰ ਆਪਕੋ ਹੈਲਪ ਕਰਤਾ ਹੈ ਮਤਲਬ ਇੱਕ ਐਕਟਰ ਕਾ ਪੋਟੈਂਸ਼ੀਅਲ ਵੇਸਟ ਵੀ ਨਹੀਂ ਹੋਣੇ ਦੇਤਾ ਹੈ ਤੋ ਯੇ ਚੀਜ਼ੇ ਹੈ ਮੁਝੇ
maybe give that actor him or her a better push also. You know, so that is also. So thirdly, look at bank hai gear. ਅਸੀਂ ਵੀ ਕੁਝ ਚੀਜ਼ਾਂ ਬਹੁਤ ਨੇੜਿਓਂ ਕਾਸਟਿੰਗ ਕਰ ਰਹੇ ਹੁੰਦੇ ਆ ਬਟ ਜਦੋਂ ਉਸ ਜੌਬ ਤੇ ਬੈਠੇ ਉਸ ਚੇਅਰ ਤੇ ਬੈਠੇ ਆ ਮੈਨੂੰ ਚਾਹੇ ਕੋਈ ਰੁੱਸੇ ਚਾਹੇ ਕੋਈ ਗਿਲਾ ਕਰੇ ਕਈ ਹੁਣ ਤੱਕ ਮੈਸੇਜ ਕਰ ਦਿੰਦੇ ਨੇ ਬਾਈ ਜੀ ਰੋਲ ਨਹੀਂ ਦਵਾਇਆ ਚਲੋ ਵੀ ਫਣਾ ਬਾਈ ਦਵਾ ਬਾਈ ਜੀ ਨੂੰ ਗੱਪਾਂ ਨੇ ਰੋ ਹੀ ਦਿੱਤਾ ਹੈ ਇਸ ਮੁਝੇ ਵੀ ਇਹੀ ਛੱਡਦੇ ਸੀ ਜਦ ਮੈਂ ਬੋਲਤੀ ਕਿ ਅੱਛਾ ਤੂੰ ਵਹਾਂ ਥੀਏਟਰ ਆਮੀ ਚਲੇ ਜਾਓ ਇਹ ਉਧਰ ਦੇ ਦੋ ਨਹੀਂ ਗੱਬਰ ਬਾਜੀ ਤਾਂ ਕੰਮ ਹੀ ਨਹੀਂ ਦਿੱਤਾ ਹੈ ਉਹਨਾਂ ਨੇ ਤਾਂ ਮਤਲਬ ਇਸ ਕੀ ਕੰਪਲੀਟ ਕੋ ਛੱਡਦੇ ਸੀ ਬਾਈ ਅਪਰੀਸ਼ੀਏਟ ਦਿਸ ਥਿੰਗ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਦਾ ਕੰਮ ਅਸੀਂ ਨਹੀਂ ਦੇਣਾ ਅਸੀਂ ਸਿਰਫ ਤੁਹਾਨੂੰ ਰეკਮੈਂਡ ਕਰ ਸਕਦੇ ਹਾਂ ਇੱਕ ਫਿਲਟਰ ਆ ਕਾਸਟਿੰਗ ਡਾਇਰੈਕਟਰ ਇੱਕ ਫਿਲਟਰ ਹੁੰਦਾ ਹੈ ਫਿਲਟਰ ਦੋ ਜੌਬਸ ਨੇ ਉਹਦੀਆਂ ਇੱਕ ਉਹਨੇ ਕਲੈਕਸ਼ਨ ਕਰਨੀ ਹੈ ਇੱਕ ਉਹਨੇ ਆਰਟਿਸਟਾਂ ਦਾ ਵਧੀਆ ਬੈਂਕ ਲੱਭ ਕੇ ਲਿਆਉਣਾ ਹੈ ਫਿਰ ਉਹਦੇ 'ਚ ਉਹਨੇ ਫਿਲਟਰ ਲਾ ਦੇਣਾ ਯਾਰ ਹਾਂ ਵੀ ਉਹਨੇ ਇੱਕ ਓਵਰਆਲ ਫਿਲਮ ਵੇਖਣੀ ਆ ਠੀਕ ਹੈ ਫਿਲਮ ਦੇ ਵਿੱਚ ਉਹਨੂੰ ਲੱਗੂਗਾ ਯਾਰ ਆਹ ਬੰਦਾ ਕਿਉਂਕਿ ਇਹ ਵੀ ਜਿੱਦਾਂ ਹਨਾ ਵੀ ਆਪਾਂ ਤਾਸ਼ ਖੇਡ ਰਹੇ ਹਾਂ ਕੁਛ ਹੋਰ ਹੈ ਪਹਿਲਾਂ ਸਾਡੇ ਕੋਲ ਇੱਕ ਕੈਰੈਕਟਰ ਲਈ 10 ਆਪਸ਼ਨਸ ਹੋਣਗੀਆਂ ਅਸੀਂ ਇੱਕ 10 ਆਪਸ਼ਨਸ ਰੱਖਤੀਆਂ ਫਿਰ ਸਾਨੂੰ ਲੱਗੂਗਾ ਯਾਰ ਇਹਦੀ ਆਹ ਕਮੀ ਹੈ ਇਹਨੂੰ ਐਂ ਕਰਦੀ ਇਹਦੀ ਲੈਂਗੁਏਜ ਥੋੜੀ ਕੈਰੈਕਟਰ ਦਾ ਪਹੁੰਚਣ ਦੇ ਲਈ ਤੇ ਐਂਡ ਦਾ ਹਾਂਜੀ ਹੁਣ ਮੈਂ ਗਾਰੰਟੀ ਦਿੰਦਾ ਕੋਈ ਵੀ ਬੰਦਾ ਜੇ ਇਮਾਨਦਾਰੀ ਨਾਲ 10 ਆਡੀਸ਼ਨਸ ਦਿੰਦਾ ਤਾਂ ਉਹਦਾ ਡੈਫੀਨਿਟਲੀ ਹੋ ਜਾਂਦਾ ਜੇ ਤੁਹਾਡੇ ਚ ਤੁਹਾਡੀ ਲੁੱਕ ਤੇ ਮਤਲਬ ਲੁੱਕ ਵੀ ਕੰਮ ਆ ਜਾਂਦੀ ਹੈ ਕਈ ਵਾਰ ਤੁਹਾਡੀ ਐਕਟਿੰਗ ਠੀਕ ਠਾਕ ਹੈ ਤੁਹਾਡਾ ਫੇਸ ਇੰਟਰਸਟਿੰਗ ਹੈ ਤੁਹਾਨੂੰ ਤਾਂ ਵੀ ਕੰਮ ਮਿਲ ਜੂਗਾ ਇੱਕ ਗੱਲ ਐਡ ਕਰਨਾ ਚਾਹੂੰਗਾ ਕਿਉਂਕਿ ਇੱਕ ਆਡੀਸ਼ਨ ਬੰਦਾ ਜਦੋਂ ਵੀ ਕੋਈ ਕਾਸਟਿੰਗ ਵਾਲਾ ਲੈਂਦਾ ਉਹ ਸਿਰਫ ਇੱਕ ਪ੍ਰੋਜੈਕਟ ਲਈ ਨਹੀਂ ਹੁੰਦਾ ਠੀਕ ਹੈ ਡਾਇਰੈਕਟਰ ਉਹ ਇੱਕ ਪ੍ਰੋਜੈਕਟ ਲਈ ਹੋ ਸਕਦਾ ਜਾਂ ਜਿੱਦਾਂ ਵੀ ਉਹ ਹੋਊਗਾ ਬਟ ਕਾਸਟਿੰਗ ਵਾਲੇ ਨੇ ਉਹੀ ਆਡੀਸ਼ਨਸ ਘੱਟੋ ਘੱਟ ਇੱਕ ਡੇਢ ਸਾਲ ਚ ਲਾਉਣੇ ਹੁੰਦੇ ਨੇ ਕਿਉਂਕਿ ਡੇਢ ਸਾਲ ਚ ਤੁਹਾਡੀ ਲੁੱਕਸ ਜ਼ਿਆਦਾ ਨਹੀਂ ਚੇਂਜ ਹੁੰਦੀਆਂ ਤਾਂ ਉਹ ਕਦੇ ਹਨਾ ਵੀ ਆਪਾਂ ਕਹਾਂਗੇ ਯਾਰ ਵੀ ਜਦੋਂ ਅੱਜ ਜਿਹੜੇ ਆਡੀਸ਼ਨਸ ਲੈਣੇ ਸੀ 6 ਮਹੀਨੇ ਬਾਅਦ ਵੀ ਬੈਠੇ ਹੋਵਾਂਗੇ ਹਲਕਾ ਹਲਕਾ ਦਿਮਾਗ ਚ ਹੋਊਗਾ ਯਾਰ ਉਹ ਆਡੀਸ਼ਨ ਚ ਹੀ ਆਇਆ ਸੀਗਾ ਬੰਦਾ ਠੀਕ ਹੈ ਤਾਂ ਤੁਸੀਂ ਮੋਸਟਲੀ ਐਕਟਰਸ ਦੀ ਕੀ ਉਹ ਹੁੰਦੀ ਆ ਫੋਨ ਨੰਬਰ ਬਦਲ ਲਏ ਠੀਕ ਹੈ ਕਈ ਵਾਰ ਅਸੀਂ ਸਾਲ ਡੇਢ ਸਾਲ ਬਾਅਦ ਬੰਦਾ ਲੱਭ ਰਿਹਾ ਮੈਂ ਜੀ ਮੇਰਾ ਤਾਂ ਵਿਆਹ ਹੋ ਗਿਆ ਠੀਕ ਹੈ ਕੁੜੀ ਨਾਲ ਮੈਂ ਚਲੋ ਵਿਆਹ ਹੋ ਗਿਆ ਚੰਗੀ ਗੱਲ ਹੈ ਕਈਆਂ ਦੇ ਫੋਨ ਹੀ ਨਹੀਂ ਲੱਗਦੇ ਵੀ ਹਨਾ ਜਿਸ ਨੰਬਰ ਤੇ ਆਪ ਡਾਇਲ ਕਰ ਰਹੇ ਹੋ ਉਹ ਹੈ ਹੀ ਨਹੀਂ ਹੈਗਾ ਜਿਸ ਨੰਬਰ ਦਾ TikTok पे है और उसको उसका मैंने ऑडिशन मंगाया मैंने उससे क्या वो ऑडिशन के बारे में मैं भी सोच रही हूँ मे बी आई कैन जस्ट यस लेटर आई नो ओके एंड आई आस्क्ड फॉर ऑडिशन एंड आई वाज मैं इतनी इम्प्रेस थी टिकटॉक वीडियो से मुझे था कि ओके उसके बाद से मैंने इतने चेहरे मतलब फिर मुझे लगा मे बी एक चेहरा मैंने तो बहुत सारे टिकटॉक वाले चेहरे मैं उनकी बात कर रही हूँ कि मैं कुछ प्राइमरी कास्टिंग की बात कर रही हूँ वहां पे मतलब जब मैं एक कोलैबोरेशन में अभी एक हिंदी फिल्म कर रही थी तो जिसमें प्राइमरी कास्टिंग के लिए रिकमेंडेशन भी आया क्योंकि मिलियन फॉलोअर्स थे एवरीबडी इनफैक्ट नोन कुछ लोग हैं जो टीवी इंडस्ट्री के जिनके साथ में वीडियोस बने थे तो वो मुझे रेकमेंडेशन पे है कि यार ये पंजाब में है इसका चेक करो वो जब मैंने चेक किया टेस्ट किया तो मुझे इतनी डिसअपॉइंटमेंट हुई एंड वही वाली बात जो बहुत पहले यू हैड सेड कास्ट एक्टिंग इज वेरी डिफरेंट फ्रॉम कैमरे के सामने खड़े होके और वो नहीं एक्टिंग इज डिफरेंट फ्रॉम टिकटॉक आल्सो मुंबई का कुछ कास्टिंग हाउसेस दिस आप बाहर लिखा होता है नो टिकटॉक आर्टिस्ट प्लीज शूट इमेजिन आई कम टू यू वर्क शूट इमेजिन आई सो मैं उसके ऑफिस से बाहर गई और मतलब आई एम टू जस्ट लाइक इतना ही सी और कुछ थे मिलना दैट्स अ पॉइंट मैं बाहर ही खड़ी सी एक बड़ा एक्टर जो आई थिंक बहुत सारे वेब सीरीज चल रहे हैं वो लेट हो गया शी सेड नो एंड मैं मतलब वापस सारे खड़े और मैं मतलब मेरा नाम नहीं आ चुका और चंगा भला बंदा है और वो एक्टर है उन दिन लेट हो गया तो बाहर जो बंदा बैठा उन्हें और भेजता मैं सोचती साडे इतने इतना होवे ना किसी को कह देना कि नो मैं श्रुति की बात कर रही थी आई वर्क विद श्रुति हमें पहले से पता तो उसी के साथ मैं काम कर रही थी तो हम लोग ढूंढ रहे थे और हम प्राइमरी कास्टिंग कर रहे थे मतलब पंजाब में प्राइमरी कास्टिंग करी उस पंजाब की कास्टिंग करी मैंने सारी
तो मैं खुद इतनी डिसअपॉइंट हुई और उसके बाद मुझे लगा मे भी एक एक बंदा है. मैंने तो 3-4 ऐसे लोगों को बुलाकर मतलब टेस्ट मंगवाया है, लुक ही डिफरेंट है. टू बी वेरी वेरी ऑनेस्ट, बिकॉज वी आर इन एन इंडस्ट्री विच इज स्टिल न्यू, स्टिल ग्रोइंग, स्टिल एस्टेब्लिशिंग. और कास्टिंग तो ऐसा डिपार्टमेंट है जिसका वही जो हम आज सारी बात करें कि फिल अभी भी रिकग्निशन ही नहीं है. मुझे तो मैं गब्बर से भी ये बात कर रही थी कि इतनी सारी फिल्मों में कास्टिंग कोई तो करता होगा ना. चलो एसोसिएट डायरेक्टर ने करी या किसी ने करी, जो जो भी करी, कम से कम स्टार्ट गिविंग रिकग्निशन टू द डिपार्टमेंट. कम से कम कास्टिंग डिपार्टमेंट से करो कास्टिंग, मतलब वो डिपार्टमेंट में 4 बंदों के नाम ही डाल, आप डिपार्टमेंट ही नहीं डालते हो. तो ऐसे में मतलब मुझे तो अपनी अचीवमेंट लगती है कि एटलीस्ट मैं अपना नाम डलवा पा रही हूँ. मतलब मुझे तो यही चीज लगती है क्योंकि कल को इफ आई हैव टू कोलैबोरेट विद समवन एंड आई टेल दैट पर्सन मैंने ये 4 फिल्मों की कास्टिंग करी है, हाउ विल आई प्रूव दैट आई हैव डन द कास्टिंग? वेयर इज द कॉन्ट्रैक्ट? यहाँ कॉन्ट्रैक्ट का कुछ वो नहीं है, यहाँ पे क्रेडिट का कुछ अगर नहीं है, तो मैं किसी किसी को कल को बोलूंगी कि मैंने काम किया है और आप मेरा काम देख के मुझे काम दे दो. और श्रुति वाली मुझे, मैं बात बोल रही थी श्रुति महाजन का, जब मुझे कॉल आया सामने से, she called me because she saw Sajjan Singhal Group and credit to my name. That is why she called me. So see how important these little things are. मतलब है ना recognition. Every session is a separate thing. I am only talking about recognition. बहुत जरूरी है. दे तो दो भाई, पंजाब में अगर 40 फिल्में बन रही, 40 फिल्में में कोई तो casting कुछ तो कर रहा है. Department होना चाहिए. Department तो होना चाहिए. ना पता चले और awareness भी हुए. ये आज का conversation अपन wrap up कर दिया. अब कोई खास चीज तो सिर्फ कहना चाहूँ. मैं लास्ट फिल्म जी मर्जी की थी, हिंदी की थी, पंजाबी की थी, कुछ नहीं अगला पूछता है, ठीक है, पर यो वधिया मैं पता लग गया हो इतिया. थैंक यू पाजी. होर की कर रहे हो? हाँ. आप होर की कर रहे हो दा जवाब देना बहुत औखा, बट चलो टच वुड पंडा बना रिया कि ना भारत की फिल्म कदी दूजी तैयार कुछ ना कुछ कर ही रहे होंगे. यार ਜਿੱਥੇ ਵੱਡੇ ਜੋ ਕੈਰੈਕਟਰ ਹੋਵੇ ਕਹਿੰਦਾ ਭਾਵ ਕਿ ਤੁਸੀਂ ਉਸ ਹਿਸਾਬ ਦੇ ਨਾਲ ਆਓਗੇ ਤਾਂ ਆਈ ਥਿੰਕ ਉਹੀ ਇੰਪੋਰਟੈਂਟ ਹੈ. ਉਹ ਇੰਪੋਰਟੈਂਟ ਹੈ ਤੇ ਆਪਣਾ ਰਹਿਣਾ ਖਾਣਾ ਸਿੰਪਲ ਸਿੰਪਲ ਇਨ ਦਾ ਸੈਂਸ. ਇਹ ਨਹੀਂ ਹੈਗਾ ਵੀ ਸ਼ਾਮ ਨੂੰ ਨਸ਼ਿਆਂ 'ਚ ਪਏ ਹੋਈ ਉਹ, ਚਾਹੇ ਮੁੰਡੇ ਨੇ ਵੀ ਹਾਂਜੀ ਚੰਡੀਗੜ੍ਹ ਆ ਕੇ ਡਿਸਕ ਕਲੱਬਾਂ 'ਚ ਤੁਰੇ ਫਿਰਦੇ ਆ, ਵੀ ਜੇ ਤੁਸੀਂ ਜਿਹੜਾ ਕੰਮ ਕਰਨਾ ਆਏ ਹੋ ਉਹਨੂੰ ਕਿੰਨਾ ਟਾਈਮ ਦੇ ਰਹੇ ਹੋ ਜਾਂ ਅਦਰ ਕੰਮਾਂ ਨੂੰ. ਹੌਲੀ ਹੌਲੀ ਕੀ ਹੁੰਦਾ, 6 ਮਹੀਨੇ ਬਾਅਦ 6 ਮਹੀਨੇ ਤੁਸੀਂ ਜਿਮ ਵੀ ਜਾ ਰਹੇ ਹੋ, ਯੋਗਾ ਵੀ ਕਰ ਰਹੇ ਹੋ, ਤੁਸੀਂ ਐਕਟਿੰਗ ਕਲਾਸਾਂ ਵੀ ਜੁਆਇਨ ਕਰ ਲਈਆਂ, ਉਦੋਂ ਬਾਅਦ 'ਚ ਤੁਹਾਨੂੰ ਲੱਗਦਾ ਹੁਣ ਅਸੀਂ ਪਰਫੈਕਟ ਹੋ ਗਏ ਵੀ ਹੁਣ ਸਾਨੂੰ ਰੋਲ ਮਿਲ ਜਾਣਾ ਚਾਹੀਦਾ ਹੈ. ਰੋਲ ਹੋ ਸਕਦਾ ਅਗਲੇ 6 ਮਹੀਨੇ ਸਾਲ 2 ਸਾਲ ਬਾਅਦ ਮਿਲੂਗਾ, ਪਰ ਮਿਲੂਗਾ ਜ਼ਰੂਰ ਆ. ਜਿਵੇਂ ਵਾਰੀ ਜ਼ਰੂਰ ਆਊਗੀ, ਇਹ ਇੱਕ ਅਲੱਗ ਤਰ੍ਹਾਂ ਦੀ ਤਪੱਸਿਆ ਹੈ. ਹਾਂ, ਤੁਹਾਨੂੰ ਬੈਠਣਾ ਪਊਗਾ, ਉਸ ਦੌਰਾਨ ਤੁਸੀਂ ਆਪਣੇ ਆਪ ਨੂੰ ਇੱਕ ਗਲਤ ਸੋਸਾਇਟੀ ਸੰਗਤ ਤੋਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਜਿਹੜਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਆਪਾਂ ਇੱਥੇ ਆ ਕੇ ਸ਼ਹਿਰ 'ਚ ਵੀ ਘਰੇ. ਤਾਂ ਚਲੋ ਆਪਾਂ ਜਿੰਨਾ ਕਿਸੇ ਆਪਾਂ ਛੋਟੇ ਪਿੰਡਾਂ 'ਚ ਕਸਬਿਆਂ 'ਚੋਂ ਆਏ ਹਾਂ, ਉੱਥੇ ਤਾਂ ਆਪਾਂ ਨਹੀਂ ਕੋਈ ਸਿਗਰਟ ਬੀੜੀ ਪੀ ਸਕਦੇ, ਬਟ ਉਰੇ ਆਪਾਂ ਟੋਰਨਲ ਸਾਰਾ ਕੁਛ ਕਰ ਰਹੇ ਹਾਂ ਵੀ ਹਾਂਜੀ ਹੁਣ ਅਸੀਂ ਅਪਰ ਸੋਸਾਇਟੀ 'ਚ ਹੋ ਗਏ ਹਾਂ, ਮੈਂ ਬਰਾਡ ਮਾਈਂਡਡ ਹੋ ਗਿਆ. ਵੀ ਤੁਹਾਨੂੰ ਲੱਗਦਾ ਇਹ ਚੀਜ਼ਾਂ ਅਸੀਂ ਕਿਤੇ ਨਾ ਕਿਤੇ ਫਿਲਮਾਂ ਤੋਂ ਹੀ ਵੇਖ ਕੇ ਆਈਡੈਂਟੀਫਾਈ ਵੀ ਕੀਤੀਆਂ ਜਾਂਦੀਆਂ ਨੇ, ਕਿਉਂਕਿ ਸਾਡੇ ਕੋਲ ਕੋਈ ਮਾਧਿਅਮ ਹੀ ਨਹੀਂ ਦੇਖਣ ਨੂੰ. ਗਾਣਿਆਂ ਦੇ ਵਿੱਚ ਵੀ ਜਿੰਨੀ ਕੁ ਫੂਕ ਚਕਾਈ ਜਾਂਦੀ ਆ, ਜਿੰਨਾ ਕੁ ਹਾਈਪ ਕੀਤਾ ਜਾਂਦਾ ਹੈ, ਜਾਂ ਆਪਾਂ ਕੋਈ ਵੀ ਆਡੀਓ ਵਿਜ਼ੂਅਲਸ ਤੋਂ ਹੀ ਆਪਾਂ ਕਿਸੇ ਕਿਤਾਬਾਂ ਤੋਂ ਵੀ ਪੜ੍ਹਦੇ ਨੇ, ਤਾਂ ਉਹਦਾ ਇੰਪੈਕਟ ਸਾਡੇ ਕਿਤੇ ਨਾ ਕਿਤੇ ਬਹੁਤ ਪੈਂਦਾ. ਤਾਂ ਹੀ ਸਾਡੇ ਮਾਪੇ ਵੀ ਕਿਤੇ ਨਾ ਕਿਤੇ ਇਸ ਨੂੰ ਜੱਜ ਕਰਦੇ ਨੇ ਕਿ ਕੁੜੀ ਨੂੰ ਬਾਹਰ ਨਹੀਂ ਭੇਜਣਾ. ਹੁਣ ਮੈਨੂੰ ਲੱਗਦਾ ਫਿਲਮਾਂ ਦਾ ਤਾਂ ਦੋਸ਼ ਜਦੋਂ ਹੋਊਗਾ ਕਰ ਗਏ ਉਹਦਾ ਆਪਦਾ ਕੰਮ. ਮੈਂ ਦੋਸ਼ ਨਹੀਂ ਕਹਿੰਦੀ, ਮੈਂ ਇੱਕ ਗੱਲ ਕਰਦੀ ਕਿ ਅਸੀਂ ਤਾਂ ਹੀ ਉਹ ਜਗ੍ਹਾ ਬਣਾਉਣੇ ਉਹਦੇ ਦੇਖਣ ਵਾਲੇ ਵੀ ਹੈ. ਹੁਣ ਸੋਸ਼ਲ ਮੀਡੀਆ ਇੰਨਾ ਡਿਵੈਲਪ ਹੋ ਗਿਆ, ਹਰ ਬੰਦੇ ਨੇ ਵੱਡੇ ਵੱਡੇ ਲਾਈਕ ਇੰਡੀਅਨਸ ਆਊਟ ਆਫ ਇੰਡੀਅਨਸ ਵਾਲੇ ਹਰ ਤਰ੍ਹਾਂ ਦੇ ਲੋਕ ਫੋਲੋ ਕੀਤੇ ਹੋਏ ਨੇ, ਉਹਨਾਂ ਦਾ ਫੈਸ਼ਨ, ਉਹਨਾਂ ਦੀਆਂ ਚੀਜ਼ਾਂ ਉਹ ਹਰ ਬੰਦਾ ਵੇਖ ਰਿਹਾ. ਛੋਟੇ ਛੋਟੇ ਬੱਚੇ ਅੱਜ ਆਪਾਂ ਲਾਈਕ ਆਪਾਂ ਬੱਚੇ ਵੀ ਨੇ, ਉਹ ਖੇਡਦੇ ਨੀ ਗੇ, ਹੁਣ ਉਹ ਮੋਬਾਈਲ ਲੈ ਕੇ ਉਹਨਾਂ ਦਾ ਨਜ਼ਰ ਜੀ ਹੁੰਦੀ ਆ ਵੀ ਆਪਾਂ ਹਟੀਏ, ਉਹ ਆਪਣਾ ਮੋਬਾਈਲ ਚੱਕਣਾ ਹਨਾ, ਤੇ ਲਾਈਕ ਉਹਦੇ 'ਚ ਕੀ ਵੇਖ ਰਹੇ ਨੇ, ਚਾਹੇ ਕਾਰਟੂਨ ਵੇਖ ਰਹੇ ਨੇ, ਇੰਗਲਿਸ਼ ਕਾਰਟੂਨ ਵੇਖ ਰਹੇ ਨੇ, ਉਹਨਾਂ ਦਾ ਕਲਚਰ ਆ ਲਾਈਕ ਚੀਜ਼ਾਂ ਹੁਣ ਸਿਰਫ ਫਿਲਮਾਂ ਦੇ ਜਾਂ ਗਾਣਿਆਂ ਦੇ ਸਿਰ ਤੇ ਨਹੀਂ ਰਹਿ ਗਈਆਂ, ਉਹਨਾਂ ਉਹਨਾਂ ਸੋਸ਼ਲ ਸਾਈਟ ਤੇ ਆਡੀਓ ਵੀਡੀਓ ਵਿਜ਼ੂਅਲਸ ਦੀ ਮੈਂ ਗੱਲ ਕਰ ਰਹੀ ਸੀਗੀ. ਲਾਸਟ ਈਅਰ ਜੋ ਮੈਨੂੰ ਵੈਸੇ ਵੀ ਲੱਗਾ ਨਹੀਂ ਹੈ, ਬਟ ਲੋਕੀ ਪਤਾ ਨਹੀਂ, ਆਈ ਡੋਟ ਆਈ ਵਾਂਟ ਟੂ ਨੋ, ਇਜ਼ देयर ਐਨੀ ਕਾਸਟਿੰਗ ਕਾਊਚ ਹੇਅਰ ਸਿਰਫ ਕੁੜੀਆਂ ਦੇ ਲਈ? ਕਿਉਂਕਿ ਬੰਬੇ ਦੇ ਵਿੱਚ ਆਈ ਹਰਡ ਮੁੰਡਿਆਂ ਦੇ ਲਈ ਵੱਧ ਸਟਰਗਲ ਹੈ, ਸੋ ਇਜ਼ देयर ਐਨੀ ਕਾਸਟਿੰਗ ਕਾਊਚ ਇੱਥੇ? देयर ਇਜ਼ ਹਾਰਡਲੀ ਐਨੀ ਕਾਸਟਿੰਗ ਹੈਪਨਿੰਗ, ਸੋ ਸੌਰੀ, ਸੋ ਆਈ ਐਮ ਸੋ ਸੌਰੀ, ਦੁੱਖ ਇਹ ਮੋਦਨ ਦੁੱਖ ਤੀ ਨਾ ਕੋੜੇ ਵਰੇ ਦੇ ਉਹ ਤੇ ਹੱਥ ਰੱਖਦਾ ਨਹੀਂ, ਅੱਛਾ ਐਟ ਲੀਸਟ ਕਾ ਇਹ ਤਾਂ ਬਿਲਕੁਲ ਨਹੀਂ, ਪਰ ਮੈਂ ਸਾਡੇ ਕੋਲ ਵੀ ਪੇਰੈਂਟਸ ਬੱਚੇ ਲੈ ਕੇ ਆਉਂਦੇ ਨੇ ਕੋਈ ਹਿਮਾਚਲ ਦੁਆਰਾ ਵੇਖ ਰਹੇ ਹਰਿਆਣੇ ਦੁਆਰਾ ਜਾਂ ਜਿੱਥੋਂ ਵੀ, ਤਾਂ ਉਹ ਪੁੱਛ ਲੈਂਦੇ ਨੇ ਭਾਜੀ ਵੀ ਇਹ ਸਪੀਡ ਦੀ ਇਮੇਜ ਗੰਦੀ ਹੈ,
ਤੇ ਟੱਚ ਵੁੱਡ ਵੀ ਮੈਨੂੰ ਅੱਜ ਤੱਕ ਬਹੁਤ ਕੰਮ ਕੀਤਾ ਵਿਜਨਰ ਕੀਤਾ ਜਿੰਨੇ ਕੁ ਉਹਦੇ ਹਿਸਾਬ ਨਾਲ ਵੀ ਕਦੇ ਇਹ ਜਿਹਾ ਕਿਉਂਕਿ ਕੰਮ ਫਿਲਮ ਆਪਦੇ ਆਪ 'ਚ ਏਡਾ ਔਖਾ ਕੰਮ ਆ ਵੀ ਤੁਹਾਨੂੰ ਹੋਰ ਪਾਸੇ ਸੋਚਣ ਦਾ ਟਾਈਮ ਹੀ ਨਹੀਂ ਲੱਗਦਾ ਇਨਫੈਕਟ ਪ੍ਰੋਡਿਊਸਰਾਂ ਨੂੰ ਆਪਦੀਆਂ ਭਾਜਣਾ ਪਈਆਂ ਹੁੰਦੀਆਂ ਨੇ ਪੈਸੇ ਦੀਆਂ ਹਾਂ ਹਾਂ ਵੀ ਮਤਲਬ ਅੱਜ ਤੱਕ ਨਾ ਮੈਂ ਵਾਲੇ ਟਾਈਮ ਹੁੰਦਾ ਨਾ ਮੈਂ ਨਹੀਂ ਦੇਖਿਆ ਵੀ ਕੋਈ ਬੰਦਾ ਸਾਨੂੰ ਹਨਾ ਮੇਰੀ ਆ ਇਮੇਜ ਉਦਾਂ ਦੀ ਬਣ ਗਈ ਹਨਾ ਇਮੇਜ ਹੈ ਮੈਂ ਲੋਕੋਂ ਕੀ ਆਈ ਸ਼ੇਅਰ ਲਾਈਕ ਦੋ ਬਟ ਬਟ ਇਮੇਜ ਦਾ ਇੱਕ ਮੁਝੇ ਪਰਸਨਲੀ ਇਹ ਐਡਵਾਂਟੇਜ ਹੈ ਬੀਇੰਗ ਅ ਫੀਮੇਲ ਜਿਸੇ ਵੈਨ ਆਈ ਡੂ ਆਡੀਸ਼ਨ ਸੋ ਆਫ ਕੋਰਸ ਮਤਲਬ ਜੋ ਗਰਲਸ ਹੈ ਜਾਂ ਕੁਝ ਹੈ ਉਹ ਕਰ ਇੱਕ ਥੋੜਾ ਬੈਟਰ ਫੀਲ ਕਰਦੀ ਹੈ ਆਫ ਕੋਰਸ ਐਂਡ ਆਲਸੋ ਆਈ ਗਿਵ ਦੈਟ ਸਪੇਸ ਵੇਅਰ ਦੇ ਕੈਨ ਟਾਕ ਇਟ ਆਊਟ ਅਗਰ ਉਨਕੋ ਐਸਾ ਕਹੀਂ ਪੇ ਲਗਾ ਹੈ ਐਸੇ ਨਹੀਂ ਮੈਂ ਬੋਲੂੰਗੀ ਕਿ ਕਭੀ ਮੁਝੇ ਐਸਾ ਸੁਣਨੇ ਮੇ ਜਿਸੇ ਮੇਰੀ ਵਰਕਸ਼ਾਪ ਮੇ ਇੱਕ ਦੋ ਕੁਝ ਐਸੀ ਐਕਟਰਸ ਲੜਕੀਆਂ ਥੀ ਜਿਨ੍ਹਾਂ ਨੇ ਬੋਲਾ ਪੈਸੇ ਦੇਣ ਵਾਲੀ ਬਾਤ ਔਰ ਇਸ ਤੋਂ ਮੈਨੂੰ ਉਨਕੋ ਸਮਝਾਇਆ ਕਿ ਐਸੇ ਤੋਂ ਕੋਈ ਤੁਮੇ ਕਾਮ ਦੇ ਹੀ ਨਹੀਂ ਸਕਦਾ ਅਗਰ ਤੁਹਾਰੇ ਮੇਂ ਟੈਲੈਂਟ ਨਹੀਂ ਹੈ ਤੁਮ ਇੱਕ ਬਾਰ ਪੈਸੇ ਦੇ ਕੇ ਉਸਕੋ ਦੇ ਵੀ ਦੋਗੀ ਔਰ ਕਹੀਂ ਪੇ ਤੁਮੇ ਕਹਿ ਰਹੇ ਕਿ ਲਾਂਚ ਕਰਾ ਦੇਗਾ ਕੈਸੇ ਕਰਾ ਦੇਗਾ ਲਾਂਚ ਮਤਲਬ ਉਹ ਕੈਰੇਕਟਰ ਵੋ ਜੋ ਤੁਮਸੇ ਪੈਸੇ ਲੈ ਰਹਾ ਹੈ is that person the one like ha in fact film mein as a producer bhi kai artist aaye ne paise deke but fir unna nu dusri baar koi nahi lenda woh apni film ch fir ho jande ha main apde ch hi hunde unna de woh main par jado unna nu koi dusra banda le gaya ta oh kehde ga bhaji role hai thode layi vadhiya ta naal 50 lakh vi le aaye ho fir oh ek wari de donge baar baar nahi hunda dusri gall couch vouch mainu nahi lagda kuch edda da hega ha ਏਦਾਂ ਦੇ ਲੋਕ ਹੈਗੇ ਨੇ ਸਾਨੂੰ ਵੀ ਪਤਾ ਲੱਗਦਾ ਲੋਕ ਕਿੱਦਾਂ ਨੇ ਮੈਂ ਦੱਸ ਦਿੰਦਾ ਵੀ ਲਾਈਕ ਮਿਊਜ਼ਿਕ ਵੀਡੀਓਜ਼ ਦੇ ਨਾਮ ਤੇ ਬਹੁਤ ਹੁੰਦਾ ਤੁਹਾਡੇ ਇੰਸਟਾ ਤੇ ਐਡੀਆਂ ਤੇ ਮੈਸੇਜਸ ਆਉਣਗੇ ਹਨਾ ਯਾਰ ਲਾਈਕ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਸੀ ਜਿਹੜਾ ਬੰਦਾ ਦਾ ਕੰਮ ਕਰ ਰਿਹਾ ਉਹ ਕੰਮ ਕਰ ਰਿਹਾ ਉਹਦੇ ਖੱਬੇ ਸੱਜੇ ਦੂਰ ਦੀਆਂ ਬਾਹਾਂ ਕੋਈ ਮਾੜਾ ਮੋਟਾ ਨੌਣਾ ਕੋਈ ਨਹੀਂ ਮੈਂ ਗੱਬਰ ਭਾਜੀ ਨੂੰ ਮਿਲਾ ਲਿਆਂਗਾ ਮੈਂ ਜਯੋਤਿਕਾ ਜੀ ਨੂੰ ਜਾਣਦਾ ਜਾਂ ਮੈਂ ਫਲਾਣੇ ਪ੍ਰੋਡਿਊਸਰ ਨੂੰ ਜਾਣਦਾ ਮੈਂ ਫਲਾਣੇ ਡਾਇਰੈਕਟਰ ਨੂੰ ਜਾਣਦਾ ਉਹ ਮੇਰੇ ਤੋਂ ਬੜਾ ਕਾਸਟਿੰਗ ਨਹੀਂ ਕਰਦੇ ਉਦਾਂ ਦੇ ਲੋਕ ਤੁਹਾਨੂੰ ਗੁੰਮਰਾਹ ਕਰ ਸਕਦੇ ਨੇ ਪਰ ਮਿਹਨਤੀ ਬੰਦੇ ਨੂੰ ਯਾਰ ਜਿਹਦੇ ਚ ਥੋੜੀ ਜਿਹੀ ਵੀ ਕਲਾ ਹੈਗੀ ਮੈਨੂੰ ਲੱਗਦਾ ਉਹਨੂੰ ਸ਼ਾਰਟਕਟ ਦੀ ਲੋੜ ਨਹੀਂ ਹੈ ਜੇ ਤੁਸੀਂ ਹਰੀ ਚੋਂ ਤੁਹਾਨੂੰ ਕੋਈ ਸ਼ਾਰਟਕਟ ਚਾਹੀਦਾ ਮੇ ਵੀ ਤੁਸੀਂ ਕੋਈ ਗਲਤ ਰਸਤਾ ਇਖਤਿਆਰ ਕਰ ਲਓ ਅਦਰਵਾਈਜ਼ ਅੱਜ ਤਾਂ ਇੰਨਾ ਸੋਸ਼ਲ ਹੀ ਹੋਗਾ ਵੀ ਬੰਦਾ ਕਿਵੇਂ ਡਾਇਰੈਕਟਲੀ ਕੋਈ ਬਲਰ ਹੈਗਾ ਹਾਂਜੀ ਹਾਂ ਵੀ ਬੰਦਾ ਉਦਾਂ ਹੀ ਡਰਦਾ ਯਾਰ ਅੱਜ ਦੇ ਟਾਈਮ 'ਚ ਤਾਂ ਮਤਲਬ ਤੁਸੀਂ ਤੁਹਾਡੀ ਲਾਈਕ ਤੁਹਾਨੂੰ ਆਵਾਜ਼ ਮਾਰਨ ਦੀ ਨਹੀਂ ਲੋੜ ਹੋ ਵੀ ਬਾਹਰ ਖੜ ਕੇ ਵਿੰਡੋ 'ਚ ਤੁਸੀਂ ਇੱਥੇ ਅਪਲੋਡ ਅੱਜ ਇੱਕ ਛੋਟੀ ਜਿਹੀ ਚੀਜ਼ ਕਰੋ ਰਾਤੋਂ ਰਾਤ ਵਾਇਰਲ ਹੋਊਗੀ ਤਾਂ ਇਹ ਜੇ ਸਮੇਂ 'ਚ ਵੀ ਜੇ ਕੋਈ ਗਲਤ ਸ਼ਰਾਰਤੀ ਅਨਸਰ ਬੈਠਾ ਤਾਂ ਉਹ ਮੇ ਵੀ ਉਹ ਕੁੜੀਆਂ ਜਾਂ ਮੁੰਡਿਆਂ ਦੀ ਵੀ ਗਲਤੀ ਹੈਗੀ ਹੈ ਜਿਹੜੇ ਇਦਾਂ ਦੇ ਪਰਸਨਸ ਨੂੰ ਜੱਗ ਜਾਹਰ ਨਹੀਂ ਕਰਦੇ ਬਿਲਕੁਲ ਆਈ ਹੋਪ ਅੱਜ ਜਿਹੜੀ ਕਨਵਰਸੇਸ਼ਨ ਆ ਗੱਬਰ ਦੇ ਨਾਲ ਔਰ ਜੋਤਿਕਾ ਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਹੈਲਪ ਆਊਟ ਹੋਗੀ ਅਗਰ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਹੋ ਆਈ ਹੋਪ ਤੁਸੀਂ ਆਪਣੇ ਪੇਰੈਂਟਸ ਨਾਲ ਵੀ ਸਾਰੀ ਚੀਜ਼ਾਂ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ ਕਿ ਉਹਨਾਂ ਦੇ ਮਨ 'ਚ ਜਿਹੜੇ ਡਾਊਟਸ ਹੋਣਗੇ ਕਿ ਵੀ ਕੁੜੀ ਬਾਹਰ ਜਾ ਰਹੀ ਹੈ ਮੁੰਡਾ ਬਾਹਰ ਜਾ ਰਿਹਾ ਮਤਲਬ ਮੈਂ ਹਮੇਸ਼ਾ ਗੱਲ ਕਰਦੀ ਕਿ ਮੁੰਡਾ ਔਰ ਕੁੜੀ ਦੀ ਸਟਰਗਲ ਮੈਨੂੰ ਇਦਾਂ ਲੱਗਦੀ ਕਿ ਬਰਾਬਰ ਆ ਇਹ ਅਸੀਂ ਬਣਾਇਆ ਹੋਇਆ ਕਿ ਮੁੰਡਿਆਂ ਨੂੰ ਲੱਗਦਾ ਕੁੜੀਆਂ ਨੂੰ ਕੁੜੀਆਂ ਹੋਣ ਦਾ ਫਾਇਦਾ ਮਿਲ ਜਾਂਦਾ ਕੁੜੀ ਹੈਲਪ ਕਰਨ ਹਜ਼ਾਰ ਲੋਕਾਂ ਨੇ ਉਹਨੇ ਵੀ ਬੰਦੇ ਨੂੰ ਕੋਈ ਨਹੀਂ ਹੁੰਦਾ ਇਹ ਮੇਰਾ ਪਰ ਮੇਰੇ ਸਰਕਲ ਜਿੱਦਾਂ ਆ ਕਿ ਮੁੰਡਿਆਂ ਨੂੰ ਮੈਂ ਵੇਖਿਆ ਆ ਇਹ ਪ੍ਰਿਵਿਲੇਜ ਤਾਂ ਕਿਤੇ ਨਾ ਕਿਤੇ ਮਿਲ ਜਾਂਦੀ ਆ ਪਰ ਮੁੰਡੇ ਨੂੰ ਵੀ ਉਨੀ ਹੀ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ ਸੋ ਇਹ ਇਕਵੈਲਿਟੀ ਦੀ ਵੀ ਗੱਲ ਹੈ ਕਿ ਆਡੀਸ਼ਨ ਪ੍ਰੋਸੈਸ ਹੋ ਗਏ ਫੀਸ ਸਟ੍ਰਕਚਰ ਵੇਜਸ ਸਿਸਟਮ ਆਈ ਸੌਰੀ ਇੱਕ ਹੋਰ ਪੁਆਇੰਟ ਹੈ ਵੇਜਸ ਸਿਸਟਮ ਦਾ ਕੀ ਚੱਕਰ ਹੁੰਦਾ ਹੈ ਮੁੰਡਿਆਂ ਕੁੜੀਆਂ ਨੂੰ ਲੈ ਕੇ ਇਕੁਅਲ ਹੁੰਦੇ ਆ ਮੇਰੇ ਤੋਂ ਹਾਂ ਐਸ ਫਰ ਐਸ ਆਈ ਐਮ ਕਨਸਰਨ ਮੈਂ ਪਰ ਡੇਸ ਜਿਹੜੇ ਹੈ ਕਈ ਵਾਰ ਮੈਂ ਵੇਖਿਆ ਜਦੋਂ ਮੈਂ ਆਈ ਵਰਕ ਔਨ ਪਰ ਡੇਸ ਫਿਲਮਸ ਦੇ ਵਿੱਚ ਤਾਂ ਉਹਨਾਂ ਫਿਲਮਾਂ ਦੇ ਵਿੱਚ ਸਾਨੂੰ ਸਾਰੇ ਦੇਖੋ ਉੱਥੇ ਆਰਟਿਸਟ ਵੈਲਿਊ ਹੀ ਕੌਣ ਕਿੰਨਾ ਉਹ ਡਿਫਰੈਂਸ ਆ ਪਰ ਮੁੰਡੇ ਕੁੜੀਆਂ ਦਾ ਮੈਂ ਉੱਥੇ ਨਹੀਂ ਵੇਖਿਆ ਨਹੀਂ ਜੈਂਡਰ ਸਪੈਸਿਫਿਕ ਮੈਨੇ ਵੀ ਐਸਾ ਕਹੀਂ ਦੇਖਾ ਕਿ ਇਹ ਚਾਰ ਕੈਰੈਕਟਰ ਮੇਂ ਲੜਕੋਂ ਕੋ ਕਾਸਟ ਕਰੇ ਤੋ ਇਨਕੋ 7000 ਦੇਣਾ ਔਰ ਇਨਕੋ 3000 ਦੇਣਾ ਐਸਾ ਤੋ ਨਹੀਂ ਹੈ ਮਤਲਬ ਸਾਨੂੰ ਇਕੱਠੇ ਪੈਸੇ ਮਿਲਦੇ ਐਗਾ ਤੇ ਹੁਣ ਹਾਂ ਇਹ ਐਸਾ ਕੁਝ ਮਤਲਬ ਮੈਨੂੰ ਲੱਗਦਾ ਗਰਲਸ ਨੂੰ ਜ਼ਿਆਦਾ ਮਿਲਦੇ ਨੇਗੇ ਕਿਉਂਕਿ ਮੇਲ ਮਾਡਲ ਘੱਟ ਲੈ ਰਿਹਾ ਹੁੰਦਾ ਫੀਮੇਲ ਮਾਡਲ ਜ਼ਿਆਦਾ ਲੈ ਰਿਹਾ ਮਾਡਲ ਵਾਲਾ ਮੈਂ ਲਾਈਕ ਕਰਦਾ ਕੋਈ ਚੱਕਰ ਨਹੀਂ ਮਾਡਲ ਵਾਲਾ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਆਮ ਨਾਟ ਇਨ ਮਾਡਲ ਵਾਲਾ ਅੱਛਾ ਆਮ ਨਾਟ ਇਨ ਮਾਡਲ ਉਹ ਪਤਾ ਕਿਦਾਂ ਹੁੰਦਾ ਕਿਉਂਕਿ ਇੱਕ ਫਿਰ ਉੱਥੇ ਇੱਕ ਇੱਕ ਪੁਆਇੰਟ ਆਫ ਵੀ ਚੇਂਜ ਹੁੰਦਾ ਨਾ ਕਿਉਂਕਿ ਡਾਇਰੈਕਟਰ ਜਿਹੜਾ ਅਗਰ ਉਹ ਮੇਲ ਆ ਤੇ ਉਹਨੇ ਉਹ ਉਸ ਚੀਜ਼ ਨੂੰ ਕੁੜੀ ਨੂੰ ਸੱਦਿਆ ਉਹ ਹੋਰ ਸਿਸਟਮ ਹੈ ਉਹਦੀ ਹੋਰ ਮਾਰਕੀਟ ਹੈ ਦੈਟਸ ਇਨਟੂ ਯੂ ਟਾਕਿੰਗ ਅਬਾਊਟ ਸੌਂਗਸ ਨਾ ਸੌਂਗ ਆਮ ਟਾਕਿੰਗ ਅਬਾਊਟ ਸਿਨੇਮਾ ਸਿਨੇਮਾ ਮੈਂ ਨਹੀਂ ਹੈ ਮੈਂ ਸਿਨੇਮਾ ਦੀ ਬਾਤ ਕਰ ਰਹੀ ਹਾਂ ਬਿਕਾਜ਼ ਸੌਂਗਸ ਦੇ ਮੈਂ ਜਿਸ ਦਿਨ ਆਪਾਂ ਗੱਲ ਕੀਤੀ ਮੈਨੂੰ ਲੱਗਦਾ ਕਿ ਮੈਂ ਅਗਲੇ ਦਿਨ ਰਹਿਣਾ ਨਹੀਂ ਕਿਉਂਕਿ ਆਈ ਹੈਵ ਸੋ ਮੈਨੀ ਥਿੰਗਸ ਅਬਾਊਟ ਇਟ ਜਿਹੜਾ ਸੌਂਗ ਕਲਚਰ ਹੈ ਉਹਨੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿੱਥੇ ਬਹੁਤ ਵਧੀਆ ਲੋਕਾਂ ਨੂੰ ਹਰ ਦਿਨ ਗੁੱਡ ਬਣਾਉਣ ਦੀ ਕੋਸ਼ਿਸ਼ ਲੱਗੇ ਰਹਿਣਾ ਉੱਥੇ ਉਹ ਤੋਂ ਡਬਲ ਤਾਦਾਦ ਐਸੀ ਆ ਰਹੀ ਹੈ ਜਿਹੜੀ ਇਹ ਕਹਿੰਦੀ ਆ ਕਿ ਠੀਕ ਆ ਇੱਕ ਮੈਨੂੰ ਹੋਰ ਚੀਜ਼ ਬੜੀ ਅਜੀਬ ਲੱਗਦੀ ਹੈ ਲੋਕ ਇਹ ਕਹਿੰਦੇ ਆ ਕਿ ਅੱਜ ਕੱਲ੍ਹ ਕਿਸੇ ਦੇ ਘਰ 2 ਪੈਸੇ ਰੋਟੀ ਜਾ ਰਹੀ ਹੈ ਜਾਣ ਦਿਓ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਸਪੋਜ਼ ਇੱਕ ਪਾਇਲਟ ਆ ਕੋਈ ਉਹ ਕਹਿੰਦਾ ਮੈਨੂੰ ਜੀ ਕਰਦਾ ਪਲੇਨ ਉਡਾਓ ਤਾਂ ਮੈਨੂੰ ਇਹ ਨਹੀਂ ਕਹਿੰਦਾ ਤੂੰ ਜਾ ਕੇ ਉਡਾ ਲਾ ਉਹਦੇ ਪਿੱਛੇ ਹੋਰ ਉਹਦੀ ਜਾਨ ਚਲੀ ਜਾਣੀ ਸੋ ਅਗਰ ਤੁਸੀਂ ਗਾਇਕ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਵੀ ਤਾਂ ਸਮਝੋ ਉਹ ਮੈਨੂੰ ਲੱਗਦੀ ਕਾਫੀ ਸਾਰੇ ਐਕਟਰਸ ਨੇ ਜੋ ਸਪੋਰਟ ਕਰ ਦਿੰਦੇ ਨੇ ਕਿ ਮਤਲਬ ਜੋ ਬੰਦਾ ਨਹੀਂ ਗਾ ਸਕਦਾ ਉਹਨੂੰ ਸਪੋਰਟ ਕਰ ਦਿੰਦੇ ਮੈਨੂੰ ਲੱਗਦਾ ਕਿ ਜਿਹੜੇ
ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਜਹਾਜ਼ ਉਡਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸ਼ੌਂਕ ਤਾਂ ਮੈਨੂੰ ਵੀ, ਮੈਂ ਕਹਾਂ ਮੈਨੂੰ ਵੀ 100 ਸ਼ੌਂਕ ਨੇ, ਪਰ ਉਹਦੀ ਤਿਆਰੀ ਕਰਕੇ ਆਉਣਾ ਚਾਹੀਦਾ। ਏਦਾਂ ਨਹੀਂ ਕਿਸੇ ਦੇ ਹੱਥ ਵਿੱਚ ਜਹਾਜ਼ ਦੇਤਾ ਤੇ ਅਗਲਾ ਅਗਲਾ ਆਪ ਹੀ ਕ੍ਰੈਸ਼ ਕਰਦਾ, ਦੂਸਰਿਆਂ ਨੂੰ ਵੀ ਕ੍ਰੈਸ਼ ਹੁੰਦਾ ਤੇ ਬਾਕੀ ਲੋਕਾਂ ਨੂੰ ਵੀ ਉਹ ਮਿਲਦਾ ਹੈ। ਸੋ ਆਈ ਥਿੰਕ ਕਿ ਇਹ ਸੌਂਗ ਦੀ ਜਿਸ ਦਿਨ ਗੱਲ ਹੋਈ ਤਾਂ ਮੈਂ ਉਹ ਆਖਰੀ ਐਪੀਸੋਡ ਹੀ ਕਰਾਂਗੀ, ਉਹ ਤਾਂ ਮੈਨੂੰ ਜੀਤਾ ਦੇਣਾ ਨਹੀਂ ਕਿਸੇ ਨੇ। ਐਨੀਵੇਜ਼ ਥੈਂਕ ਯੂ ਸੋ ਮਚ ਦ ਲਾਸਟ ਥਿੰਗ, ਧੰਨਵਾਦ ਜੀ ਤੁਹਾਡਾ ਵੀ ਸੁਣਨ ਲਈ। ਬਿਲਕੁਲ, ਕਿਸੇ ਇੱਕ ਡਾਇਰੈਕਟਰ ਦੇ ਨਾਲ ਤੁਸੀਂ ਚਾਹੁੰਦੇ ਕਿ ਉਸ ਦੀ ਫਿਲਮ ਦੀ ਕਾਸਟਿੰਗ, ਕਈ ਹੁੰਦੇ ਮੇਰੇ ਬਹੁਤ ਫੇਵਰਿਟਸ ਨੇ, ਮੈਂ ਚਾਹੁੰਦੀ ਕਿ ਮੈਨੂੰ ਮੇਰੇ ਮਨ ਚ ਹੁੰਦਾ ਕਿ ਇਹ ਡਾਇਰੈਕਟਰ ਹੈ ਨਾ, ਇਹ ਡਾਇਰੈਕਟਰ ਜੀ ਇਸ ਬੰਦੇ ਨੂੰ ਡਾਇਰੈਕਟ ਕਰੂਗਾ ਤੇ ਉਹ ਬੰਦਾ ਬੜਾ ਖਿੜਕੇ ਆਊਗਾ ਜੋ ਸ਼ਾਇਦ ਕਿਸੇ ਹੋਰ ਫਿਲਮ ਚ ਨਹੀਂ ਆਇਆ। ਸੋ ਐਕਟਰ ਨਹੀਂ, ਵਨ ਡਾਇਰੈਕਟਰ ਜਿਹਦੇ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਿ ਯਾਰ ਉਹਦੀ ਫਿਲਮ ਮੈਂ ਕਾਸਟ ਕਰਾਂ, ਕਿ ਉਹਦੀ ਸਟੋਰੀ ਚੰਗੀ ਲੱਗਦੀ ਹੈ, ਉਹਦੇ ਸ਼ਾਰਟਸ ਬੜੇ ਵਧੀਆ ਲੱਗਦੇ ਆ। ਪ੍ਰਾਇਮਰੀ ਕੁਛ ਕਾਸਟਿੰਗ ਆਲਰੇਡੀ ਡਨ ਥੀ, ਬਾਕੀ ਕੁਛ ਹਮਨੇ ਕਰੀ ਹੈ, ਮੈਨੇ ਉਸਮੇ ਵੀ ਕਰੀ ਹੈ। ਸੋ ਆਈ ਹੈਵ ਮੋਰ ਔਰ ਲੈਸ ਵਰਕਡ ਪੰਕਜ ਕੇ ਸਾਥ ਮੇ ਵੀ, ਸੱਜਣ ਸਿੰਘ ਰੰਗਰੂਟ ਮੇ। ਪ੍ਰੋਫੈਸ਼ਨਲ ਮਤਲਬ ਵਹੀ ਹੈ ਕਿ ਆਈ ਗੋਟ ਦ ਨਰੇਸ਼ਨ ਵਿਚ ਆਈ ਆਲਵੇਸ ਆਸਕ ਫੋਰ ਕਿ ਪਲੀਜ਼ ਗਿਵ ਮੀ ਦ ਨਰੇਸ਼ਨ, ਗਿਵ ਮੀ ਦ ਨਰੇਸ਼ਨ ਫਰੋਮ ਆਈ ਫੀਲ ਲਾਈਕ ਪੈਣਾ ਵਾਲਾ ਬਿਕਾਜ਼ ਪੀਪਲ ਡੋਨਟ ਗਿਵ ਦ ਨਰੇਸ਼ਨ ਯੂ ਨੋ, ਬਟ ਦੇਰ ਆਈ ਗੋਟ there I got in for that film I got the narration and also options jaise jo jo maine di casting mein ya usme they were considered and in fact jaise immediately bula ke baat baat ki gayi to mujhe mere liye professionally bahut acha experience tha payment se lekar bhi I also want to say that also everything was very professional there but there are other projects jahan pe nahi milti hai mujhe narration जैसे कप्तान वाज वन फिल्म हु डायरेक्ट मनदीप, मुझे प्रॉपर नरेशन मिला, मुझे 3 महीने मिला उसको गिपी वाली जो फिल्म थी कास्ट करने के लिए, इसमें मुझे ननकाना में भी नरेशन मिला, मुझे मनजीत मैम से पूरा नरेशन मिला, टाइम मिला कास्टिंग के लिए। तो वो मुझे भी लगता है जब व्हेन यू गेट नरेशन ना, जब आपको प्रॉपरली डायरेक्टर से नरेशन मिलता है बहुत सारी चीजें, तो एज अ कास्टिंग डायरेक्टर आपके भी दिमाग में आ जाती है वही बात जो गब्बर कह रहा था कि हम एक एक ऑडिशन लेते हैं और उसको हम 6 महीने 7 महीने तक सोचते हैं, तो वो नरेशन के वक्त ही पॉपअप होने शुरू हो जाते हैं कि ओ दिस कैरेक्टर में भी ये एक्टर, अच्छा वो वहाँ आया, तो मेरे तो इमिडिएटली माइंड में होता है ये चीज़ें। सो यू ऑल्सो गेट टाइम टू शो योर बेस्ट, है ना, अगर आपको एक दिन पहले कॉल आएगा जो बहुत आता है, रात को फोन आते हैं जो कि सुबह शूट है तो भेज दो, तो आई तो हैव स्टार्टेड सेइंग नो, हफ्ते पहले भी फोन आता है मैडम अगले हफ्ते से है कास्टिंग, तो ये है, तो एक हफ्ते में हम कैसे करेंगे कास्टिंग। तो ये कुछ कुछ बेसिक प्रॉब्लम्स है जो मुझे लगता है कि ये एज अ कास्टिंग डायरेक्टर मुझे मेरी प्रॉब्लम लगती है कि जो अगर प्रोडक्शन या डायरेक्शन या वो लोग समझे और थोड़ा टाइम दे, बात घूम फिर के आती है कि डिपार्टमेंट को रिकॉग्नाइज कर ले तो सब चीजें सॉर्ट हो जाएंगी। पहला पहले मुद्दे ते गल करी, प्लीज डिपार्टमेंट रिकॉग्नाइज करना जेडे क्रेडिट रोल दी, क्या भी प्रॉब्लम है क्रेडिट रोल ते भी गाना लगा देते हैं, मेनू इस तो बहुत बड़ी प्रॉब्लम है कि यार ओ जेड़ा बंदे ने मेहनत कीती है ओते भी दे आर डिसाइडिंग कि असी या तो बहुत हैपनिंग गाना ला देना या आपा कोई हो जाए रोना गाना ला देना कि जेदा बंदा बाहर निकले, तो बोल रहे हो गाना लगा दो क्रेडिट दे दो एटलीस्ट, ऑडियंस को रिकॉग्नाइज नहीं करती। कई बार होता है ना मैं एंड तक मैं कल ही रह जाती हूं, ਜਦੋਂ ਮੈਂ ਪੰਜਾਬ ਚ ਹੁੰਦੀ ਹਾਂ ਨਾ, ਹੁਣ ਮੈਂ ਕਾਫੀ ਟਾਈਮ ਤੋਂ ਉੱਥੇ ਆਪਣੇ ਘਰ ਨੂੰ ਦੇਖਦੀ ਸੀ, ਹੁਣ ਮੈਂ ਜਦੋਂ ਇੱਥੇ ਹੁੰਦੀ ਹਾਂ ਨਾ, ਇੱਥੇ ਤਾਂ ਵੈਸੇ ਮੈਂ 2-4 ਲੋਕਾਂ ਨੂੰ ਦੇਖ ਰਹੀ ਹਾਂ, ਮੇਰੇ ਭਾਈਚਾਰ ਬਣ ਗਏ ਨੇ ਫਰਾਈਡੇ ਨੂੰ, ਅੱਜ ਮੈਂ ਸੋਚਦੀ ਕਿ ਐਂਡ ਤੱਕ ਰਹਿ ਜਾਂਦਾ, ਮੈਂ ਇਕੱਲੀ ਹੁੰਦੀ ਹਾਂ ਤਾਂ ਸਵੀਪਰ ਮੇਰੇ ਪਿੱਛੇ ਸਫਾਈ ਸ਼ੁਰੂ ਕਰ ਦਿੰਦਾ, ਉਹਨੂੰ ਉਹ ਤਰੀਕਾ ਹੀ ਨਹੀਂ ਪਤਾ ਕਿ ਬੰਦਾ ਬੈਠਾ ਆ। ਸੋ ਇਹ ਬਹੁਤ ਪ੍ਰੋਬਲਮ ਹੈ ਕਿ ਐਂਡ ਚ ਗਾਣਾ ਲਗਾ ਕੇ ਉਹਨਾਂ ਨੇ ਸਾਰਾ ਕ੍ਰੈਡਿਟ ਦਾ ਸਵਾਦ ਖਤਮ ਕਰ ਦੇਣਾ ਹੈ। ਐਨੀਵੇਜ਼ ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ। ਆਈ ਵਾਂਟ ਟੂ ਨੋ ਵਨ ਰੀਜ਼ਨ, it's a non brand channel but you still come, tusi apna time ditta, tusi shoot te jana hai and tusi ta mera special raakh ditta, main ek nu bulaya aur do log aaye, mere liye bahut 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 thank you, I hope ye dinal awareness bhi hogi te dinal kitna kite ਕਿਤੇ ਕਿਤੇ ਥੋੜਾ ਜਿਹੜਾ ਸੀ ਮੈਂ ਚੇਂਜ, ਆਪਾਂ ਸਿਨੇਮਾ ਦੇ ਵਿੱਚ ਬੈਨੀਫਿਟ ਦੀ ਗੱਲ ਕਰਦੇ ਆ, ਜੋ ਮੇਰਾ ਪਰਸਨਲ ਇਨੀਸ਼ੀਏਟਿਵ ਆ ਕਿ ਕਿਤੇ ਹੋਰ ਕੰਮ ਕਰਨ ਦੀ ਬਜਾਏ ਸਾਡੇ ਕੋਲ ਬਹੁਤ ਖੂਬਸੂਰਤ ਸਿਨੇਮਾ ਆ, ਇਹਦੇ ਆਪਾਂ ਕੰਮ ਕਰੀਏ। ਸੋ ਆਈ ਹੋਪ ਤੁਹਾਨੂੰ ਵੀ ਇਹ ਬੈਨੀਫਿਟ ਹੋ ਗਿਆ, ਜਿੱਦਾਂ ਵੀ ਤੁਹਾਨੂੰ ਲੱਗਦਾ ਸਾਡੀ ਅੱਜ ਦੀ ਗੱਲਬਾਤ ਤੁਹਾਨੂੰ ਕਿਤੇ ਵੀ ਥੋੜੀ ਜਿਹੀ ਵੀ ਤੁਹਾਡੇ ਅਗਰ ਫਾਇਦੇ ਵਾਲੀ ਹੋਊਗੀ, ਤੁਹਾਨੂੰ ਹੈਪੀਨੈਸ ਜਾਂ ਕੁਛ ਵੀ ਤੁਹਾਨੂੰ ਗੁੱਡ ਫੀਲ ਕਰਾਏਗੀ, ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਹੋ। ਔਰ ਥੈਂਕ ਯੂ ਸੋ ਮੱਚ ਅੱਜ ਇਸ ਵਲੌਗ ਨੂੰ ਵੇਖਣ ਦੇ ਲਈ, ਇਸ ਪੋਡਕਾਸਟ ਨੂੰ ਵੇਖਣ ਦੇ ਲਈ, ਅਗਲੀ ਵਾਰ ਫੇਰ ਬੁਲਾਂਗੇ, ਆਈ ਹੋਪ ਜਿੰਨੋ ਕੀ ਆਵੇ। ਥੈਂਕ ਯੂ ਸੋ ਮੱਚ ਦੈਟ ਯੂ ਚੋਜ਼ ਟੂ ਸਪੀਕ ਅਬਾਊਟ ਦਿਸ ਸਬਜੈਕਟ, ਕਿਉਂਕਿ ਕਾਸਟਿੰਗ ਦੀਆਂ ਕਈ ਗੱਲਾਂ ਦਿਲ ਚ ਨੇ, ਵੀ ਅੱਜ ਵੀ ਸ਼ਾਇਦ ਦਿਲ ਚ ਰਹਿ ਗਿਆ, ਆਪਾਂ ਔਨਲਾਈਨ ਗੱਲ ਕਰਦੇ ਵੀ ਸਾਲਾਂ ਬੱਧੀ ਕੰਮ ਆ, ਹਨਾ, ਉਹ ਆਪਾਂ ਕੁਝ ਗੱਲਾਂ ਚ ਕਈ ਵਾਰ ਨਹੀਂ ਪਰੋ ਸਕਦੇ ਹੁੰਦੇ,
ਤੇ ਬਟ ਇਹੀ ਹੈਗਾ ਵੀ ਲਾਈਕ ਫਸਟ ਆਫ ਆਲ ਤਾਂ ਫੀਲਡ ਦੀ ਇਮੇਜ ਬਹੁਤ ਸਾਫ ਸੁਥਰੀ ਹੈ ਵਧੀਆ ਜਿਹੜੇ ਕੁਛ ਮਾੜੇ ਮੋਟੇ ਸ਼ਰਾਰਤੀ ਅਨਸਰ ਹੈ ਵੀ ਉਹਨਾਂ ਨੂੰ ਵੀ ਬਈ ਬੇਨਤੀ ਹੈ ਕੰਮ ਤੁਹਾਡੇ ਵੀ ਧੀ ਭੈਣ ਦੇ ਦਿਲ 'ਚ ਖਿਆਲ ਆ ਸਕਦਾ ਇਸ ਤਰ੍ਹਾਂ ਦੀ ਜੌਬਸ ਇਨ ਯੋਰ ਕੰਪਨੀ ਮੈਂ ਕੰਪਨੀ 'ਚ ਇੱਕ ਦੋ ਚੀਜ਼ਾਂ ਮੈਂ ਕਹਿਣਾ ਚਾਹੁੰਦਾ ਸਾਡੇ ਵੱਲੋਂ ਇੱਕ ਚੀਜ਼ ਹੁੰਦੀ ਆ ਹਮੇਸ਼ਾ ਜਦੋਂ ਵੀ ਕਦੇ ਕਿਸੇ ਵੀ ਫੀਮੇਲ ਦਾ ਆਡੀਸ਼ਨ ਹੁੰਦਾ ਤਾਂ ਸਾਡੀ ਮੋਸਟਲੀ ਕਾਸਟਿੰਗ 'ਤੇ ਅਸੀਂ ਗਰਲਜ਼ ਨੂੰ ਹੀ ਪ੍ਰੈਫਰ ਕਰਦੇ ਹਾਂ ਰੀਜ਼ਨ ਕੀ ਹੈ ਪੰਜਾਬ ਦੀਆਂ ਲਾਈਕ ਆਪਣੇ ਕਲਚਰ ਦਾ ਵੀ ਹਰ ਚੀਜ਼ 'ਚ ਬਹੁਤ ਹਿੱਸਾ ਹੁੰਦਾ ਤਾਂ ਇੱਕ ਗਰਲਜ਼ ਸਾਨੂੰ ਹੁੰਦਾ ਵੀ ਜਦੋਂ ਵੀ ਕਦੇ ਕਿਸੇ ਗਰਲ ਦਾ ਆਡੀਸ਼ਨ ਹੈਗਾ ਤਾਂ ਉੱਥੇ ਸਾਡੇ ਵੱਲੋਂ ਵੀ ਵੀ ਉਹ ਕੰਫਰਟ ਰਹਿਣਾ ਹਾਂ ਵੀ ਕਿਉਂਕਿ ਮੁੰਡੇ ਮੁੰਡੇ ਜੇ ਹੁੰਦੇ ਨੇ ਫੀਲਡ 'ਚ ਜਾਂ ਸਾਰਾ ਕੁਛ ਵੀ ਉਹਨਾਂ ਨੂੰ ਔਕਵਰਡ ਜਾਣਾ ਲੱਗਿਆ ਉਹਨਾਂ ਦੇ ਜੇ ਪੇਰੈਂਟਸ ਜਿਹੜੇ ਕਿਉਂਕਿ ਪੇਰੈਂਟਸ ਮਨਾ ਕਰਦੇ ਨੇ ਮੋਸਟਲੀ ਆਪਣੇ ਹਨਾ ਚਲੋ ਯੰਗਸਟਰਸ ਦੇ ਮੁੰਡੇ ਕੁੜੀਆਂ ਦੇ ਦਿਲ 'ਚ ਹੈਗਾ ਵੀ ਇਸ ਫੀਲਡ 'ਚ ਜਾਣਾ ਮਾਂ ਪਿਓ ਨੂੰ ਲੱਗਦਾ ਯਾਰ ਪਤਾ ਨਹੀਂ ਕਿੱਦਾਂ ਦਾ ਸਿਸਟਮ ਹੋਊਗਾ ਤਾਂ ਉਹ ਜਦੋਂ ਆਫਿਸ ਆਉਂਦੇ ਨੇ ਇੱਕ ਸਿਸਟਮ ਦੇਖਦੇ ਨੇ ਤਾਂ ਉੱਥੇ ਸਾਡਾ ਮੋਸਟਲੀ ਹੁੰਦਾ ਵੀ ਗਰਲਜ਼ ਹੀ ਹੁਣ ਹਾਂ ਜੇ ਕੋਈ ਕਾਸਟਿੰਗ ਡਾਇਰੈਕਟਰ ਤੁਸੀਂ ਕਿਹਾ ਜੋਬ ਜੇ ਕਿਸੇ 'ਚ ਪੋਟੈਂਸ਼ੀਅਲ ਹੈਗਾ ਜ਼ਰੂਰ ਕੀ ਕਹਿੰਦੇ ਨੇ ਅਪਰੋਚ ਕਰਨ ਤੇ ਆਪਾਂ ਉਹਨਾਂ ਨੂੰ ਡੈਫੀਨੇਟਲੀ ਹੋਰ ਬਹੁਤ ਕੰਮ ਹੈ ਜ਼ਰੂਰੀ ਨਹੀਂ ਸਾਡੇ ਸਾਡੇ ਨਾਲ ਹੀ ਜੋਬ ਕਰਨੀ ਹੈ ਹੋਰ ਬਹੁਤ ਕੰਮ ਹੈਗਾ ਸੀ ਮਤਲਬ ਰੀਅਲੀ ਅਪਰੀਸ਼ੀਏਟ ਕਿ ਇੱਥੇ ਜੋਬਸ ਦੀ ਬਹੁਤ ਘਾਟ ਆ ਇੱਥੇ ਇੱਕ ਹੀ ਬੰਦਾ ਬਹੁਤ ਸਾਰੇ ਹੈਂਡਲ ਡਿਪਾਰਟਮੈਂਟ ਕਰਦਾ ਸੋ ਆਈ ਰਿਕੁਐਸਟ ਸਭ ਦੇ ਹੈਂਡਲਸ ਲਿਖ ਦਿੱਤੇ ਜਾਣਗੇ ਫਾਲਤੂ ਟੈਕਸਟ ਨਾ ਕਰਨਾ ਯਾਰ ਬਟ ਡਿਪਾਰਟਮੈਂਟਸ ਹੈ ਸਭ ਦੇ ਆਈ ਥਿੰਕ ਕਾਸਟਿੰਗ ਵਿੱਚ ਜਾ ਰਿਹਾ ਹੈ ਆਈ ਹੈਵ ਟੂ ਗਰਲਸ ਲਾਈਕ ਹੂ ਆਰ ਇੰਟਰਨਿੰਗ ਵਿਦ ਮੀ ਐਂਡ ਆਈ ਮੈਂ ਚਾਹ ਰਹੀ ਹੂੰ ਮੇਰੀ ਟ੍ਰਾਈਬ ਮੇਂ ਗਰਲਸ ਬਹੁਤ ਜ਼ਿਆਦਾ ਹੋ ਤੋ ਮੈਂ ਐਕਚੁਅਲੀ ਇਸ ਚੀਜ਼ ਕੇ ਲਈ ਕਾਮ ਕਰ ਰਹੀ ਹੂੰ ਤੋ ਮੇਰੇ ਏਕ ਲੜਕੀ ਹੈ ਗਜ਼ਲ ਸ਼ੀ ਇਜ਼ ਅ ਥੀਏਟਰ ਐਕਟਰ ਆਲਸੋ ਵੋ ਅੰਮ੍ਰਿਤਸਰ ਮੇਂ ਸ਼ੀ ਲੁਕਸ ਆਫਟਰ ਫੋਰ ਮੀ ਲਾਈਕ ਆਡੀਸ਼ਨਸ ਵੈਨ ਜੋ ਵੀ ਯਹਾਂ ਪੇ ਅਪੂਰਵਾ ਹੈ ਜੋ ਮੇਰੇ ਸਾਥ ਮੇਂ ਲਗਾਤਾਰ ਕਾਮ ਕਰੇ ਸ਼ੀ ਇਜ਼ ਆਲਸੋ ਥੀਏਟਰ ਐਕਟਰ ਸੋ ਆਈ ਐਮ ਟ੍ਰਾਇੰਗ ਮਾਈ ਲੈਵਲ ਬੈਸਟ ਕਿ ਐਟਲੀਸਟ ਹਮ ਲੋਕ ਆਪਣੀ ਟ੍ਰਾਇਬ ਬੜਾਏ ਮੈਂ ਚਾਹਤੀ ਹੂੰ ਔਰ ਕਾਸਟਿੰਗ ਡਾਇਰੈਕਟਰਸ ਆਏ ਪਲੀਜ਼ ਯੇ ਕੋਈ ਨਾ ਸੋਚੇ ਕਿ ਹਮ ਲੋਕ ਮੋਨੋਪਲੀ ਕਰਕੇ ਬੈਠਣਾ ਚਾਹਤੇ ਮੈਂ ਤੋ ਬਿਲਕੁਲ ਮੈਂ ਤੋ ਇਸੀ ਲਈ ਟ੍ਰੇਨ ਕਰ ਰਹੀ ਹੂੰ ਵੋ ਆਈ ਥਿੰਕ 6 ਮਹੀਨੇ ਸੇ ਸ਼ੀ ਇਜ਼ ਵਰਕਿੰਗ ਵਿਦ ਮੀ ਸੋ ਦੈਟ ਟੁਮੋਰੋ ਈਵਨ ਇਫ ਸ਼ੀ ਵਾਂਟਸ ਟੂ ਮੂਵ ਟੂ ਬੰਬੇ ਸੋ ਉਸਕੋ ਐਟਲੀਸਟ ਇਸ ਡਿਪਾਰਟਮੈਂਟ ਕਾ ਪਤਾ ਹੋ ਤੋ ਆਈ ਐਮ ਮੋਰ ਦੈਨ ਓਪਨ ਇਫ ਯੂ ਗਾਈਜ਼ ਆਰ ਇੰਟਰਸਟਿਡ ਟੂ ਇੰਟਰਨ ਵਿਦ ਮੀ ਔਰ ਐਨੀਥਿੰਗ ਅਗਰ ਆਪਕੋ ਲੱਗਤਾ ਹੈ ਕੁਛ ਐਸਾ ਨਹੀਂ ਕਿ ਮੇਰੇ ਪਾਸ ਇਤਨਾ ਕਾਮ ਨਹੀਂ ਹੈ ਟੂ ਬੀ ਵੈਰੀ ਹੋਨੈਸਟ ਆਈ ਆਲਸੋ ਵਾਂਟ ਟੂ ਸੇ ਦਿਸ ਕਿ ਮੈਂ ਆਪਕੋ ਵੈਸੇ ਜੋਬ ਪੇ ਪੂਰਾ ਸਵੇਰੇ ਮੈਂ ਆਪਕੋ 12-12 ਘੰਟੇ ਜਾਂ 10 ਘੰਟੇ ਕਾ ਕਾਮ ਦੇ ਰਹੀ ਬਟ ਈਵਨ ਇਫ ਯੂ ਵਾਂਟ ਟੂ ਸਪੈਂਡ 4 ਆਵਰਸ ਵਿਦ ਮੀ ਐਂਡ ਨੋ ਹਾਊ ਆਪਕੋ ਕਾਮ ਕਾ ਸਿੱਖਣਾ ਹੈ ਅਗਰ ਆਪਕੋ ਇੰਟਰਸਟ ਹੈ ਆਈ ਐਮ ਮੋਰ ਦੈਨ ਇੰਟਰਸਟਿਡ after 4 months like I'm on a break right yes. now so hello okay about there because we have lots of topics to choose kitte utte gal karange but mainu meri dil ichcha si ki casting te gal karni kyunki jadda main dekh ke aayi ha matlab main bahut hi zyada shocked si ki kidda survivor hunda hoga kidda de procedures hunde honge so main isliye meri badi dil ichcha si ki main casting te gal karan kyunki dooji ek gal main pata nahi waste ta chalo jyotika ji kyunki jehdi assi casting karde ha sada director bombay vi hai mukesh chhabda ji bahut close bhaji main ya taran bazar ho gaya kafi bombay de nandini shrikant wagera ho gaye oh log sade direct matlab touch ch ne te ਜੋ ਵੀ ਉਹਨਾਂ ਨੂੰ ਵੀ ਮਤਲਬ ਮੈਂ ਇੱਕ ਤਾਂ ਚਲੋ ਅਨਾਉਂਸ ਕਰਕੇ ਅਸੀਂ ਕਾਸਟਿੰਗ ਕਰਦੇ ਹਾਂ ਅਦਰਵਾਈਜ਼ ਸਾਰਾ ਦਿਨ ਰਾਤ ਉਹੀ ਕਾਸਟਿੰਗ ਚੱਲਦੀ ਹੈ ਅਤੇ ਇੱਕ ਐਕਟਰਸ ਲਈ ਵੀ ਬੇਨਤੀ ਕਹਿ ਲਓ ਇੱਕ ਨਾ ਇਹ ਬੜਾ ਉਹ ਹੈ ਜਿੱਦਾਂ ਸਾਡੇ ਵੀ ਗੁਰਪ੍ਰੀਤ ਮੈਡਮ ਨੇ ਜਾਂ ਜਿਹੜੇ ਨਿਸ਼ਾ ਜੀ ਹੋ ਗਏ ਆ ਜਿਹੜੇ ਸਾਡੇ ਵੱਲੋਂ ਵੀ ਕਾਸਟਿੰਗ ਕਰਦੇ ਨੇ ਉਹਨਾਂ ਕੋਲ ਜਿਹੜਾ ਨੰਬਰ ਹੁੰਦਾ ਕਾਸਟਿੰਗ ਵਾਲਾ ਤਾਂ ਜਿਹੜੇ ਆਪਣੇ ਐਕਟਰਸ ਭਰਾ ਜਾਂ ਚਾਹਵਾਨ ਨੇ ਉਹ ਜਾਣ ਨਹੀਂ ਦਿੰਦੇ ਇੱਕ ਆਪਣੇ ਫੀਲਡ 4 ਬੰਦੇ ਨੂੰ ਮੈਨੂੰ ਲੱਗਦਾ ਹੁੰਦਾ 9-9:30 ਹਨਾ 10 ਕੁ ਵਜੇ ਤੋਂ ਪਹਿਲਾਂ ਯਾਰ ਕਿਸੇ ਨੂੰ ਫੋਨ ਮੈਸੇਜ ਨਾ ਕਰੋ ਤੇ ਉਦੋਂ ਬਾਅਦ ਸ਼ਾਮ ਨੂੰ ਵੀ ਜਿਵੇਂ ਆਫਿਸ ਦਾ ਟਾਈਮ ਹੁੰਦਾ 6 ਵਜੇ ਤੱਕ 9 ਵਜੇ ਤੋਂ 10-6 ਦੇ ਵਿੱਚ ਆਪਦੀ ਕਲਾ ਜਗਾਇਆ ਕਰੋ ਕਿਉਂਕਿ ਨਾ ਸੰਡੇ ਵਾਲੇ ਦਿਨ ਤਾਂ ਸਪੈਸ਼ਲ ਐਕਟਰਾਂ 'ਚ ਕੋਈ ਕੁਛ ਆਉਂਦਾ ਲਾਈਕ ਸੰਡੇ ਵਾਲੇ ਦਿਨ ਤਾਂ ਭਾਜੀ ਰੋਲ ਕਰਾਓ ਯਾਰ ਕੁਛ ਬਣਨਾ ਹਨਾ ਯਾਰ ਮੁਝੇ 12:30 ਵਜੇ ਵੀ ਰਾਤ ਕੋ ਠੱਗ 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 ਪ੍ਰੋਫਾਈਲ ਪਿਕਚਰਸ ਆ ਰਹੀ ਹੁੰਦੀ ਹੈ WhatsApp ਪੇ ਪਲੀਜ਼ ਪੁੱਛ ਲੋ ਪਹਿਲੇ ਮੈਂ ਆਪਕੋ ਆਲਟਰਨੇਟਿਵ ਨੰਬਰ ਦੂੰਗੀ ਆਪਕੋ ਈਮੇਲ ਆਈਡੀ ਦੂੰਗੀ ਜਹਾਂ ਪੇ ਆਪ ਭੇਜ ਸਕਤੇ ਹੋ ਵੋ ਆਪ ਉਸਕੋ ਨਾ ਮਤਲਬ ਮੇਰੇ ਨੰਬਰ ਕੋ ਇੱਕ ਕਿਹਾ ਮੈਨੂੰ ਬੜਾ ਵਧੀਆ ਲੱਗ ਰਿਹਾ ਮਤਲਬ ਮੇਰਾ ਭਾਈਚਾਰਾ ਮਿਲੇ ਜਿਹਨਾਂ ਕੋਲ ਬਹੁਤ ਸਾਰੇ ਪੁਆਇੰਟਸ ਕਈਆਂ ਨੂੰ ਹੁੰਦਾ ਯਾਰ ਸਾਨੂੰ ਰਿਪਲਾਈ ਨਹੀਂ ਆਇਆ ਵੈਸੇ ਤਾਂ ਰਿਸੀਵਡ ਥੈਂਕਸ ਹਰ ਇੱਕ ਨੂੰ ਕਰ ਦੇਈਦਾ ਠੀਕ ਹੈ ਚਾਹੇ ਤੁਹਾਨੂੰ ਰਿਪਲਾਈ ਆਇਆ ਜਾਂ ਨਹੀਂ ਆਇਆ ਬਟ ਟਰਸਟ ਮੀ ਵੀ ਤੁਹਾਡੀ ਪ੍ਰੋਫਾਈਲ ਸਾਡੇ ਕੋਲੇ ਆ ਗਈ ਸਾਨੂੰ ਤੁਹਾਡੀ ਉਨੀ ਹੀ ਲੋੜ ਹੈ ਜਿੰਨੀ ਤੁਹਾਨੂੰ ਕੰਮ ਦੀ ਲੋੜ ਹੈ ਕੰਮ ਨੂੰ ਤੁਹਾਡੀ ਉਨੀ ਹੀ ਲੋੜ ਹੈ ਤੇ ਤੁਸੀਂ ਫਾਲਤੂ ਕਿਸੇ ਵੀ ਕਾਸਟਿੰਗ ਡਾਇਰੈਕਟਰ ਅਸਿਸਟੈਂਟ ਡਾਇਰੈਕਟਰ ਨੂੰ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਨਾਈਟ ਕਰਨ ਦੀ ਕੋਈ ਲੋੜ ਨਹੀਂ ਉਹ ਵਿਚਾਰਾ ਆਪਦੇ ਕੰਮਾਂ 'ਚ ਟਾਈਮ ਕੱਢ ਕੇ ਇੰਨਾ ਬਿਜ਼ੀ ਹੁੰਦਾ ਉਹ ਤੁਹਾਡਾ ਹੀ ਕੰਮ ਕਰ ਰਿਹਾ ਉਹ ਅੱਜ ਕੁਛ ਕਰ ਲੈਂਦੀ ਆ ਉਹ ਅੱਜ ਕੁਛ ਕਰ ਫੀਲਿੰਗ ਨਾਲ ਮੈਂ ਬੰਦਾ ਆ ਰਿਹਾ ਮੈਂ ਸੱਦਾ ਕਿ ਇਸ ਸਮੇਂ ਸਰਦੀਆਂ ਕਾਫੀ ਸਾਰੇ ਐਕਸਪੀਰੀਅੰਸ ਕਰ ਰਹੀ ਹਾਂ ਫੀਲਿੰਗ ਇਸ ਸੇਮ ਮਿਊਚੁਅਲ ਇਹ ਸਭ ਲਈ ਮਤਲਬ ਇਹ ਫੀਲਿੰਗ ਮੈਂ ਤੇ
ਰੋਕਣਾ ਚਾਹਾਂਗੀ ਕਿਉਂਕਿ ਇਹ ਫਿਰ ਗੱਲ ਵੱਧ ਜਾਣਗੇ ਕਾਫੀ ਨਾ ਵਧੀ ਨਹੀਂ ਆਪ ਰੀਲੀ ਡੈਫੀਨਿਟਲੀ ਵੀ ਹੈਵ ਪਲਾਨ ਮੈਂ ਚਾਹੁੰਦੀ ਹਾਂ ਕਿ ਬਾਕੀ ਅਗਰ ਕੋਈ ਕਾਸਟਿੰਗ ਡਾਇਰੈਕਟਰਸ ਹੈ ਮੇਰਾ ਬੜਾ ਪਰਸਨਲ ਮਨ ਹੈ ਕਿ ਮੈਂ ਮਾਧੁਰ ਜੀ ਮੈਮ ਜਿਹੜੇ ਉਹਨਾਂ ਨੂੰ ਆਪਾਂ ਬੁਲਾਈਏ ਬਿਕੋਜ਼ ਉਸ ਲੈਵਲ ਤੇ ਇੱਕ ਕਾਸਟਿੰਗ ਕਰਨਾ ਔਰ ਇੱਕ ਐਕਸਪੀਰੀਅੰਸ ਦੇ ਨਾਲ ਖੁਦ ਐਕਟਰ ਰਹਿ ਚੁੱਕੇ ਨੇ ਉਹ ਵੀ ਬੜਾ ਡਿਫਰੈਂਟ ਹੈ ਸੋ ਆਈ ਰਿਕੁਐਸਟ ਕਿ ਆਪਾਂ ਹੋਰ ਕਾਸਟਿੰਗ ਡਾਇਰੈਕਟਰਸ ਜਿਹੜੇ ਉਹਨਾਂ ਨਾਲ ਗੱਲ ਕਰੀਏ ਔਰ ਜਿਹੜਾ ਪੰਜਾਬੀ ਸਿਨੇਮਾ ਆ ਜਿਹੜੇ ਲੋਕ ਐਫਰਟ ਕਰ ਰਹੇ ਇਹਨੂੰ ਗਰੋ ਕਰਨ ਲਈ ਆਈ ਰੀਲੀ ਵਾਂਟ ਕਿ ਉਸ ਦੇ ਵਿੱਚ ਨਾਮ ਆਵੇ ਤਾਂ ਉਹ ਵਧੀਆ ਹੀ ਗਰੋ ਹੋਵੇ ਔਰ ਜਿਹੜੇ ਆਪਾਂ ਸ਼ਰਾਰਤੀ ਅਨਸਰਾਂ ਦੀ ਗੱਲ ਕੀਤੀ ਹੈ ਜਿਹੜੇ ਸਪੋਇਲ ਕਰ ਰਹੇ ਨੇ ਚਾਹੇ ਉਹ ਪੈਸੇ ਦੇ ਪੱਖੋਂ ਨੇ ਚਾਹੇ ਉਹ ਕੰਟੈਂਟ ਦੇ ਪੱਖੋਂ ਨੇ ਆਈ ਹੋਪ ਆਪਾਂ ਫਿਲਟਰ ਤੇ ਬਲਰਸ ਜਿਹੜੇ ਨੇ ਉਹ ਗੱਲ ਕਰਕੇ ਸੋਰਟ ਕਰ ਪਾਈਏ ਸੋ ਥੈਂਕ ਯੂ ਵਾਂਸ ਅਗੇਨ ਤੇ ਗੱਬਰ ਦੀ ਮੈਂ ਸਾਰੀ ਫੀਲਿੰਗਸ ਨੂੰ ਡੈਫੀਨਿਟਲੀ ਵਿਲ ਡੂ ਅ ਸੈਕਿੰਡ ਪੋਡਕਾਸਟ ਫਾਰ ਯੂ ਥੈਂਕ ਯੂ ਸੋ ਮੱਚ ਗੱਬਰ ਥੈਂਕ ਯੂ ਸੋ ਮੱਚ ਜੋਤਿਕਾ ਐਂਡ ਥੈਂਕ ਯੂ ਟੂ ਆਲ ਆਫ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ